ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਵਾਸਤੇ 8 ਅਕਤੂਬਰ 1708 ਦਾ ਦਿਨ ਬੜਾ ਮਹੱਤਵਪੂਰਨ ਸੀ। ਇਹ ਉਹ ਸੁਭਾਗਾ ਦਿਨ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣਾ ਅਕਾਲ ਪੈ ਆਉਣ ਦਾ ਸਮਾਂ ਨੇੜੇ ਜਾਣ ਕੇ ਸਿੱਖਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਲੜ ਲਾਇਆ। ਹੁਕਮ ਹੋਇਆ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਪ੍ਰਕਾਸ਼ ਕਰਨ ਤੋਂ ਬਾਅਦ ਸਤਿਗੁਰੂ ਨੇ ਆਪ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖਸ਼ੀ ਔਰ ਗਿਆਨੀ ਗਿਆਨ ਸਿੰਘ ਹੋਰਾਂ ਦੇ ਸ਼ਬਦਾਂ ਦੇ ਵਿੱਚ ਜੋ ਅੰਤਿਮ ਆਦੇਸ਼ ਉਹਨਾਂ ਨੇ ਸਿੱਖ ਕੌਮ ਨੂੰ ਦਿੱਤਾ ਹੋਏ ਸੀ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਿੱਖੋ, ਅੱਜ ਤੋਂ ਬਾਅਦ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ, ਤੁਸੀਂ ਜੋ ਅਗਵਾਈ ਲੈਣੀ ਹੈ ਗੁਰੂ ਗ੍ਰੰਥ ਸਾਹਿਬ ਕੋਲੋਂ ਲੈਣੀ ਹੈ। ਔਰ ਸਿੱਖ ਦੇ ਜੀਵਨ ਦਾ ਸੰਬੰਧ ਕੇਵਲ ਗੁਰੂ ਨਾਲ ਹੈ, ਜੋ ਗੁਰੂ ਕਹਿੰਦਾ ਉਹ ਸਿੱਖ ਨੇ ਮੰਨਣਾ। ਅੱਜ ਸਿੱਖ ਕੌਮ ਦੇ ਵਿੱਚ ਇੱਕ ਵਿਵਾਦ ਸ਼ੁਰੂ ਹੋ ਗਿਆ, ਇੱਕ ਹੋਰ ਕਿਤਾਬ ਨਾਲ ਲੈਣ ਦੀ ਗਈ ਜਿਸ ਨੂੰ ਬਚਿੱਤਰ ਨਾਟਕ ਜਿਸਦਾ ਨਾਂ ਹੈ। ਵੈਸੇ ਤਾਂ ਮੈਂ ਕੁਝ ਇੱਕ ਪੁਰਾਤਨ ਹਸਤ ਲਿਖਤ ਸਰੂਪਾਂ ਨੂੰ ਘੋਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਉੱਤੇ ਕੋਈ ਨਾਮ ਹੀ ਨਹੀਂ। ਉਸ ਤੋਂ ਬਾਅਦ ਦੇ ਕੁਝ ਸਰੂਪ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਬਚਿੱਤਰ ਨਾਟਕ ਨਾਂ ਲਿਖਿਆ ਹੋਇਆ, ਬਚਿੱਤਰ ਨਾਟਕ ਗ੍ਰੰਥ। ਔਰ ਮੈਂ ਸਮਝਦਾ ਇਸ ਕਰਕੇ ਲਿਖ ਦਿੱਤਾ ਗਿਆ ਕਿਉਂਕਿ ਜਿਸ ਲੋ ਦਾ ਤਤਕਰਾ ਪੜ੍ਹੀਏ ਤਾਂ ਸਭ ਤੋਂ ਪਹਿਲਾਂ ਬਚਿੱਤਰ ਨਾਟਕ ਗ੍ਰੰਥ ਲਿਖਤੇ ਦੀ ਗੱਲ ਆਉਂਦੀ ਹੈ, ਉਹਨੂੰ ਵੇਖ ਕੇ ਅਤੇ ਬਚਿੱਤਰ ਨਾਟਕ ਗ੍ਰੰਥ ਦਾ ਨਾਂ ਰੱਖ ਦਿੱਤਾ ਗਿਆ। ਅੱਜ ਇਹਨੂੰ ਨਾ ਸਿਰਫ ਦਸਮ ਗ੍ਰੰਥ ਬਲਕਿ ਹੁਣ ਇਸਦਾ ਨਾਂ ਰੱਖ ਦਿੱਤਾ ਗਿਆ ਹੈ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ। ਬਹੁਤ ਵੱਡੀ ਦੁਬਧਾ ਹੈ। ਨਿਰਣਾ ਪੰਥ ਨੇ ਕਰਨਾ, ਮੈਂ ਤਾਂ ਇੱਕ ਛੋਟਾ ਜਿਹਾ ਉਪਰਾਲਾ ਕਰ ਰਿਹਾ ਕਿਉਂਕਿ ਸਾਡੇ ਕੋਲ ਸਭ ਤੋਂ ਵੱਡੀ ਕਸਵੱਟੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ, ਸਤਿਗੁਰੂ ਦੀ ਬਾਣੀ ਦੀ। ਉਸ ਕਸਵੱਟੀ ਦੇ ਉੱਤੇ ਆਪਾਂ ਪਰਖ ਕੇ ਵੇਖ ਲਈਏ ਕਿ ਸਿਧਾਂਤਕ ਤੌਰ 'ਤੇ ਇਹ ਸਾਡਾ ਗ੍ਰੰਥ ਹੋ ਸਕਦਾ, ਕਿਉਂਕਿ ਪ੍ਰਚਾਰਿਆ ਜਾ ਰਿਹਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਲਿਖਿਆ ਹੋਇਆ, ਉਹਨਾਂ ਦੀ ਬਾਣੀ, ਉਹਨਾਂ ਦਾ ਸੰਕਲਿਤ ਕੀਤਾ ਹੋਇਆ। ਜੋ ਮੈਂ ਆਪ ਜੀ ਦੇ ਸਾਹਮਣੇ ਅੱਜ ਵਿਚਾਰ ਪੇਸ਼ ਕਰਨ ਜਾ ਰਿਹਾ ਉਹ ਸਾਰੀ ਗੁਰਮਤ ਦੀ ਕਸਵੱਟੀ ਉੱਤੇ ਪਰਖਣ ਦੀ ਗੱਲ ਹੈ। ਜਿਸ ਵੇਲੇ ਆਪਾਂ ਗੁਰਮਤ ਦੀ ਕਸਵੱਟੀ ਉੱਤੇ ਪਰਖਣ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਗੁਰਮਤ ਦੇ ਕੁਝ ਮੁੱਢਲੇ ਸਿਧਾਂਤ ਨੇ, ਕੁਝ ਮੁੱਢਲੀਆਂ ਗੱਲਾਂ ਨੇ ਜਿਹੜੀਆਂ ਵਿਚਾਰਨੀਆਂ ਬੜੀਆਂ ਜ਼ਰੂਰੀ ਨੇ, ਸਮਝਣੀਆਂ ਬੜੀਆਂ ਜ਼ਰੂਰੀ ਨੇ। ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਸਭ ਤੋਂ ਪਹਿਲਾਂ ਮੰਗਲ ਰੂਪ ਦੇ ਵਿੱਚ ਮੂਲ ਮੰਤਰ ਦਰਜ ਕੀਤਾ ਗਿਆ। ਹੁਣ ਇਹਨੂੰ ਮੂਲ ਮੰਤਰ ਕਿਉਂ ਕਹਿੰਦੇ ਹਾਂ, ਇਹਦਾ ਭਾਵ ਕੋਈ ਐਸਾ ਨਹੀਂ ਕਿ ਕੋਈ ਰਟਣ ਵਾਲਾ ਮੰਤਰ ਹੈ ਜਿਹਦੇ ਨਾਲ ਕੋਈ ਸਿੱਧੀ ਪ੍ਰਾਪਤ ਹੁੰਦੀ ਹੈ। ਗੁਰਬਾਣੀ ਦੇ ਵਿੱਚ ਜਿਸ ਵੇਲੇ ਵੀ ਮੰਤਰ ਸ਼ਬਦ ਆਉਂਦਾ ਅਤੇ ਮੁੱਖ ਉਪਦੇਸ਼ ਦੇ ਵਾਸਤੇ ਆਉਂਦਾ, ਮੁੱਖ ਸਿਧਾਂਤ ਦੇ ਵਾਸਤੇ ਆਉਂਦਾ, ਇਹ ਮੁੱਢਲਾ ਉਪਦੇਸ਼ ਹੈ ਗੁਰੂ ਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ ਕਈ ਨਾਵਾਂ ਨਾਲ ਯਾਦ ਕੀਤਾ ਗਿਆ, ਜਿਵੇਂ ਕਿ ਰਾਮ, ਰਹੀਮ, ਬੀਠਲ, ਸਾਰੰਗ ਪਾਣੀ ਆਦਿ ਆਦਿ ਬੜੇ ਨਾਵਾਂ ਨਾਲ ਯਾਦ ਕੀਤਾ ਗਿਆ। ਤਕਰੀਬਨ ਕਈ ਵਿਦਵਾਨਾਂ ਨੇ ਖੋਜ ਕੀਤੀ ਹੈ ਕਿ 43-43 ਨਾਂ ਨੇ ਜਿਨ੍ਹਾਂ ਨਾਲ ਯਾਦ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅਕਾਲ ਪੁਰਖ ਨੂੰ। ਹੁਣ ਕਈ ਨਾਂ ਐਸੇ ਨੇ ਜਿਹੜੇ ਦੂਸਰੀਆਂ ਕੌਮਾਂ 'ਚੋਂ ਆਉਂਦੇ ਨੇ, ਦੂਸਰੇ ਧਰਮਾਂ ਨਾਲ ਸੰਬੰਧਿਤ ਨੇ, ਇਹ ਭੁਲੇਖਾ ਨਾ ਲੱਗ ਜਾਏ ਕਿ ਉੱਥੇ ਉਸ ਦੇਵੀ ਦੇਵਤੇ ਦੇ ਵਾਸਤੇ ਇਹ ਸ਼ਬਦ ਵਰਤਿਆ ਗਿਆ। ਇਹ ਗੱਲ ਸਪਸ਼ਟ ਹੋ ਜਾਏ ਕਿ ਇਹ ਉਸ ਅਕਾਲ ਪੁਰਖ ਵਾਸਤੇ ਹੈ, ਔਰ ਮੂਲ ਮੰਤਰ ਨੂੰ ਬਾਰ ਬਾਰ ਦੁਹਰਾਇਆ ਗਿਆ, ਬਾਰ ਬਾਰ ਦਰਜ ਕੀਤਾ ਗਿਆ, ਤਾਂ ਕਿ ਗੱਲ ਸਪਸ਼ਟ ਰਹੇ ਕਿ ਭਾਵੇਂ ਲਫਜ਼ ਉੱਥੇ ਗੋਪਾਲ ਵਰਤਿਆ ਜਾ ਰਿਹਾ, ਗੋਬਿੰਦ ਵਰਤਿਆ ਜਾ ਰਿਹਾ, ਹਰੀ ਵਰਤਿਆ ਜਾ ਰਿਹਾ, ਕੋਈ ਵੀ ਨਾਂ ਲਿਆ ਜਾ ਰਿਹਾ, ਇਹ ਮੂਲ ਮੰਤਰ ਦੇ ਗੁਣਾਂ 'ਤੇ ਖਰੇ ਉਤਰਨ ਵਾਲੇ ਸ਼ਖਸੀਅਤ ਦੇ ਵਾਸਤੇ ਹੈ, ਭਾਵ ਇੱਕ ਪਰਮਾਤਮਾ ਦੇ ਵਾਸਤੇ, ਇੱਕ ਵਾਹਿਗੁਰੂ ਦੇ ਵਾਸਤੇ ਹੈ। ਸਾਡਾ ਜਿਹੜਾ ਪੂਰਨ ਮੂਲ ਮੰਤਰ ਹੈ ਉਹ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਹੁਣ ਕਈ ਵਾਰੀ ਇਹਦੇ ਬਾਰੇ ਵੀ ਬੜਾ ਭੁਲੇਖਾ ਪਾਇਆ ਜਾਂਦਾ, ਨਹੀਂ ਜੀ ਇਹ ਇਸ ਤੋਂ ਅੱਗੇ ਵੀ ਹੈ, ਹਾਲੇ ਕਿ ਇਹ 33 ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੂਰਨ ਰੂਪ ਦੇ ਵਿੱਚ ਰਿਪੀਟ ਹੋਇਆ। ਜੇ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤੱਕ ਹੁੰਦਾ,
ਤੇ ਫਿਰ 33 ਵਾਰੀ ਉਹ ਸਾਰਾ ਰਿਪੀਟ ਹੋਣਾ ਚਾਹੀਦਾ ਸੀ। ਜਿਸ ਵੇਲੇ 33 ਵਾਰੀ ਰਿਪੀਟ ਇੰਨਾ ਹੀ ਹੋਇਆ, ਇਹ ਗੱਲ ਤਾਂ ਬੜੀ ਸਪਸ਼ਟ ਹੈ, ਇਹਦੇ 'ਚ ਕੋਈ ਭੁਲੇਖਾ ਨਹੀਂ ਕਿ ਪੂਰਨ ਜੋ ਮੂਲ ਮੰਤਰ ਹੈ ਉਹ ਗੁਰਪ੍ਰਸਾਦ ਤੱਕ ਹੈ। ਇਹਦੇ 33 ਵਾਰੀ ਪੂਰਨ ਰੂਪ ਦੇ ਵਿੱਚ ਆਇਆ, 2 ਵਾਰੀ ਇਹਦਾ ਸੰਖੇਪ ਰੂਪ ਆਇਆ, 1 ਓਅੰਕਾਰ ਸਤਨਾਮ ਗੁਰਪ੍ਰਸਾਦ, 9 ਵਾਰੀ ਇਸ ਤੋਂ ਥੋੜ੍ਹਾ ਵੱਡਾ ਰੂਪ ਆਇਆ, 1 ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਅਤੇ ਸਭ ਤੋਂ ਸੰਖੇਪ ਰੂਪ ਜੋ ਹੈ 1 ਓਅੰਕਾਰ ਸਤਿਗੁਰ ਪ੍ਰਸਾਦ, ਇਹ 524 ਵਾਰੀ ਆਇਆ। ਹੁਣ ਕਮਾਲ ਦੀ ਗੱਲ ਹੈ ਕਿ ਇਹ ਸਾਡਾ ਮੂਲ ਸਿਧਾਂਤ ਹੈ। ਇਹ ਜਿਹੜੀ ਕਿਤਾਬ ਹੈ ਵਿਚਿੱਤਰ ਨਾਟਕ ਗ੍ਰੰਥ, ਇਹਦੇ ਵਿੱਚ ਇੱਕ ਵਾਰੀ ਵੀ ਨਹੀਂ ਆਉਂਦਾ। ਇੱਥੋਂ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਇਸ ਗ੍ਰੰਥ ਦਾ ਸਿਧਾਂਤ ਇਸ ਮੂਲ ਮੰਤਰ ਦੇ ਅਨੁਸਾਰ ਨਹੀਂ। ਇਸ ਮੂਲ ਮੰਤਰ ਦਾ ਸਿਧਾਂਤ ਇਸ ਗ੍ਰੰਥ ਦੇ ਅੰਦਰ ਨਹੀਂ, ਉਹਦੇ ਮੁਤਾਬਕ ਨਹੀਂ ਚੱਲਦਾ। ਹੁਣ ਭੁਲੇਖਾ ਪਾਉਣ ਲਈ ਆ ਜਿਹੜੇ ਨਵੇਂ ਐਡੀਸ਼ਨ ਆ ਰਹੇ ਨੇ ਉਹਨਾਂ ਵਿੱਚ ਕਈ ਜਗ੍ਹਾ 'ਤੇ 1 ਓਅੰਕਾਰ ਸਤਿਗੁਰ ਪ੍ਰਸਾਦ ਦਰਜ ਕਰ ਦਿੱਤਾ ਗਿਆ, ਕੁਝ ਵਿੱਚੋਂ ਬਾਣੀਆਂ ਜਿਸ ਵੇਲੇ ਗੁਟਕੇ ਛਾਪੀਆਂ ਗਈਆਂ ਉਹਨਾਂ 'ਚ 1 ਓਅੰਕਾਰ ਸਤਿਗੁਰ ਪ੍ਰਸਾਦ ਦਰਜ ਕਰ ਦਿੱਤਾ ਗਿਆ, ਲੇਕਿਨ ਜਿੰਨੇ ਪੁਰਾਣੇ ਐਡੀਸ਼ਨ ਨੇ ਉਹਨਾਂ ਦੇ ਵਿੱਚ ਕਿਸੇ ਦੇ ਵਿੱਚ 1 ਓਅੰਕਾਰ ਸਤਿਗੁਰ ਪ੍ਰਸਾਦ ਨਹੀਂ ਆਉਂਦਾ। ਇਹ ਕੁਝ ਇੱਕ ਬੇਸਿਕ ਚੀਜ਼ਾਂ ਨੇ ਜਿਹੜੀਆਂ ਸਮਝਣ ਵਾਲੀਆਂ ਨੇ। ਇਸ ਤਰ੍ਹਾਂ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ, ਪਹਿਲੇ 5 ਸਤਿਗੁਰੂ ਦੀ ਗੁਰੂ ਨਾਨਕ ਪਾਤਸ਼ਾਹ ਦੀ ਤੋਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਤੱਕ, ਫਿਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਹੈ। ਆਮ ਤੌਰ 'ਤੇ ਜਿਸ ਵੇਲੇ ਕੋਈ ਪੋਇਟਰੀ ਕੀਤੀ ਜਾਂਦੀ ਹੈ, ਕੋਈ ਕਵੀ ਕਵਿਤਾ ਕਰਦਾ ਹੈ, ਉਹਦੇ ਵਿੱਚ ਆਪਣੇ ਨਾਂ ਦੀ ਮੋਹਰ ਛੱਡ ਦਿੰਦਾ, ਸੰਕੇਤ ਛੱਡ ਦਿੰਦਾ, ਪਤਾ ਲੱਗ ਜਾਏ ਕਿ ਕਿਹਦੇ ਲਿਖੀ ਹੋਈ ਕਵਿਤਾ ਹੈ, ਕਿਹਦੀ ਕੀਤੀ ਹੋਈ ਪੋਇਟਰੀ ਹੈ। 6 ਗੁਰੂ ਸਾਹਿਬਾਨ ਨੇ ਬਾਣੀ ਉਚਾਰਨ ਕੀਤੀ, ਲੇਕਿਨ ਸਾਰਿਆਂ ਨੇ ਨਾਨਕ ਪਦ ਵਰਤਿਆ। ਹੁਣ ਨਾਨਕ ਪਦ ਕਿਉਂ ਵਰਤਿਆ ਸਾਰਿਆਂ ਨੇ? ਗੁਰੂ ਅੰਗਦ ਪਾਤਸ਼ਾਹ ਨੇ ਅੰਗਦ ਪਦ ਕਿਉਂ ਨਹੀਂ ਵਰਤ ਲਿਆ? ਗੁਰੂ ਅਮਰਦਾਸ ਪਾਤਸ਼ਾਹ ਨੇ ਅਮਰਦਾਸ ਕਿਉਂ ਨਹੀਂ ਵਰਤ ਲਿਆ ਕਵੀ ਦੇ ਸੰਕੇਤ ਦੇ ਤੌਰ 'ਤੇ? ਇਹ ਸਭ ਕੁਝ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰੋਂ ਹੀ ਮਿਲਦਾ, ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਭਾਈ ਸੱਤਾ ਜੀ ਔਰ ਬਲਵੰਡ ਜੀ ਦੀ ਰਾਮਕਲੀ ਕੀ ਵਾਰ ਹੈ, ਉਹਦੇ ਵਿੱਚ ਭਾਈ ਬਲਵੰਡ ਜੀ ਨੇ ਇੱਕ ਬੜੀ ਪਤੇ ਦੀ ਗੱਲ, ਬੜੀ ਸਿਧਾਂਤ ਦੀ ਗੱਲ ਸਾਨੂੰ ਦ੍ਰਿੜ ਕਰਾਈ ਹੈ। ਲਹਿਣੇ ਦੀ ਫੇਰ ਆਈ ਹੈ, ਨਾਨਕਾ ਦੋਹੀ ਖੱਟੀ ਹੈ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਵਡਿਆਈ ਦੀ ਧੂਮ ਪਈ ਹੋਈ ਸੀ, ਉਹਨਾਂ ਦੀ ਬਰਕਤ ਨਾਲ ਜਿਸ ਵੇਲੇ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ, ਤਾਂ ਲਹਿਣਾ ਜੀ ਦੇ ਨਾਂ ਦੀ ਧੂਮ ਪੈ ਗਈ, ਕਿਉਂਕਿ ਜੋਤ ਉਹਾ ਹੈ, ਉਹੀ ਗਿਆਨ ਜੋਤ ਹੈ ਗੁਰੂ ਨਾਨਕ ਪਾਤਸ਼ਾਹ ਵਾਲੀ, ਜੁਗਤ ਵੀ ਉਹੀ ਹੈ, ਸਿਧਾਂਤ ਵੀ ਉਹੀ ਹੈ, ਸਿਧਾਂਤ ਵੀ ਨਹੀਂ ਬਦਲਿਆ, ਸਿਰਫ ਕੀ ਪਲਟ ਰਿਹਾ? ਕਾਇਆ ਪਲਟ ਰਹੀ ਹੈ। ਜਿਸ ਵੇਲੇ ਸਿਧਾਂਤ ਵੀ ਉਹੀ ਹੈ, ਜੋਤ ਵੀ ਉਹੀ ਹੈ, ਜੋਤ ਉਹਾ ਜੁਗਤ ਸਾਹਿਬ ਸਾਹਿਬ ਕਾਇਆ ਫੇਰ ਪਲਟੀ ਹੈ। ਇਸ ਕਰਕੇ ਕਿਸੇ ਸਤਿਗੁਰੂ ਨੇ ਵੀ ਬਾਣੀ ਉਚਾਰਨ ਕੀਤੀ, 6ਵੇਂ 7ਵੇਂ 8ਵੇਂ ਸਤਿਗੁਰੂ ਨੇ ਨਹੀਂ ਉਚਾਰਨ ਕੀਤੀ, ਪਹਿਲੇ 5 ਸਤਿਗੁਰੂ ਨੇ ਅਤੇ 9ਵੇਂ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ, ਉਹਨਾਂ ਨੇ ਨਾਨਕ ਪਦ ਵਰਤਿਆ। ਹੁਣ ਇੱਕ ਸਵਾਲ ਬੜਾ ਵੱਡਾ ਸਾਡੇ ਸਾਹਮਣੇ ਆਵੇਗਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ 10ਵੇਂ ਨਾਨਕ ਨਹੀਂ ਸਨ? ਨਾਨਕ ਜੋਤ ਨਹੀਂ ਸਨ? ਇਹ ਕਿਵੇਂ ਹੋ ਸਕਦਾ ਕਿ ਸਤਿਗੁਰੂ ਬਾਣੀ ਉਚਾਰਨ ਕਰਨ ਔਰ ਨਾਨਕ ਪਦ ਨਾ ਵਰਤਣ? ਕਿਉਂਕਿ ਇੱਕ ਮਰਿਆਦਾ ਤੁਰੇ ਆਉਂਦੀ ਹੈ, ਇੱਕ ਸਿਸਟਮ ਤੁਰੇ ਆਉਂਦਾ, ਗੁਰੂ ਇੱਕ ਜੁਗਤ ਦੇ ਵਿੱਚ ਕੰਮ ਕਰਦਾ ਹੈ, ਉਹੀ ਜੁਗਤ ਚੱਲ ਰਹੀ ਹੈ, ਜੋਤ ਆਹਾ ਜੁਗਤ ਸਾਏ, ਉਹੀ ਜੁਗਤ ਚੱਲ ਰਹੀ ਹੈ, ਉਸੇ ਜੁਗਤ ਦੇ ਵਿੱਚ ਸਤਿਗੁਰੂ ਕੰਮ ਕਰ ਰਹੇ ਨੇ, ਉਸ ਜੁਗਤ ਦੇ ਵਿੱਚ ਆ ਕੇ ਆ ਗੁਰਬਾਣੀ ਵਿੱਚੋਂ ਕੁਝ ਪ੍ਰਮਾਣ ਦੇਖਣਾ। ਆ ਜੋ ਪੰਕਤੀਆਂ ਆਪ ਜੀ ਸਾਹਮਣੇ ਦੇਖ ਰਹੇ ਹੋ, ਇਹਦੇ ਵਿੱਚ ਦੋ ਚੀਜ਼ਾਂ ਦੇਖਣਾ। ਪਹਿਲਾਂ ਆਸਾ ਮਹੱਲਾ ਪਹਿਲਾ, ਅਤੇ ਥੱਲੇ ਨਾਨਕ ਪਦ ਵਰਤਿਆ, ਨਾਨਕ ਕਰਤੇ ਕੇ ਕੇਤੇ ਵੇਸ, ਨਾਨਕ ਪਦ ਲੱਗ ਗਿਆ, ਸਤਿਗੁਰੂ ਦੀ ਬਾਣੀ ਹੈ, ਕਿਸੇ ਹੋਰ ਦੀ ਨਹੀਂ ਹੋ ਸਕਦੀ। ਨਾਨਕ ਪਦ ਵਰਤਣ ਦਾ ਅਧਿਕਾਰ ਸਿਰਫ ਸਤਿਗੁਰੂ ਨੂੰ ਹੈ। ਕਿਹੜੇ ਜਾਮੇ 'ਚ ਬਾਣੀ ਉਚਾਰਨ ਕੀਤੀ ਸਾਨੂੰ ਪਤਾ ਲੱਗ ਜਾਏ, ਸਾਨੂੰ ਕੋਈ ਭੁਲੇਖਾ ਨਾ ਰਹੇ, ਸਾਰ ਹਰ ਗੱਲ ਨੂੰ ਸਪਸ਼ਟ ਕਰਨ ਦੇ ਵਾਸਤੇ ਸਤਿਗੁਰੂ ਨੇ ਮਹੱਲਾ ਸ਼ਬਦ ਵਰਤਿਆ। ਆਸਾ ਮਹੱਲਾ ਪਹਿਲਾ ਭਾਵ ਆਸਾ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ ਹੈ। 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ, ਵਿਸਵੇ ਚਸਿਆਂ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹ ਭਇਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਇਸ ਨੇ ਦੂਸਰੇ ਸ਼ਬਦ ਦੇ ਵਿੱਚ ਬੈਰਾੜੀ ਰਾਗ ਦੇ ਵਿੱਚ ਹੈ, ਚੌਥੇ ਸਤਿਗੁਰੂ ਦੀ ਬਾਣੀ ਹੈ, ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਹੈ, ਮਹੱਲਾ ਚੌਥਾ ਲਫਜ਼ ਆ ਗਿਆ। ਥੱਲੇ ਫਿਰ ਨਾਨਕ ਪਦ ਆ ਗਿਆ, ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ, ਸੋ ਸ਼ਾਹ ਸੱਚਾ ਵਣਜਾਰਾ।
ਨਾਨਕ ਪਦ ਵੀ ਆ ਗਿਆ, ਉੱਤੇ ਵੀ ਸਪਸ਼ਟ ਹੋ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਚੌਥੇ ਜਾਮੇ ਦੇ ਵਿੱਚ ਇਹ ਬਾਣੀ ਸ਼ਬਦ ਉਚਾਰਨ ਕੀਤਾ ਹੈ। ਬੈਰਾੜੀ ਰਾਗ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਇਹ ਜੋ ਸ਼ਬਦ ਹੁਣ ਆਪ ਜੀ ਦੇਖ ਰਹੇ ਹੋ, ਇਹਦੇ ਵਿੱਚ ਗੌੜੀ ਰਾਗ 'ਚ ਉਚਾਰਨ ਕੀਤਾ ਹੋਇਆ ਪੰਚਮ ਪਾਤਸ਼ਾਹ ਦਾ ਸ਼ਬਦ ਹੈ, ਮਹੱਲਾ ਪੰਜਵਾਂ ਆ ਗਿਆ। ਥੱਲੇ ਨਾਨਕ ਦਰਸ਼ਨ ਦੇਖ ਨਿਹਾਲ, ਨਾਨਕ ਪਦ ਆ ਗਿਆ। ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਦੇ ਵਿੱਚ, ਬਿਲਾਵਲ ਮਹੱਲਾ ਨੌਵਾਂ, ਮਹੱਲਾ ਨੌਵਾਂ ਆ ਗਿਆ। ਇਹਦਾ ਮਤਲਬ ਹੈ ਨੌਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ। ਥੱਲੇ ਨਾਨਕ ਪਦ ਵੀ ਆ ਗਿਆ, ਕਹੋ ਨਾਨਕ ਇਹ ਬਿਧ ਕੋ ਪ੍ਰਾਣੀ ਜੀਵਨ ਮੁਕਤ ਕਹਾਵੈ। ਨਾਨਕ ਪਦ ਆ ਗਿਆ, ਨਾਨਕ ਜੋਤ ਦਾ ਉਚਾਰਨ ਕੀਤਾ ਹੋਇਆ। ਹੁਣ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ, ਪੰਥ ਦੇ ਵਿਹੜੇ 'ਚ ਲਿਆਂਦਾ, ਉਹਨਾਂ ਵੇਖਿਆ ਨਾਨਕ ਪਦ ਨਹੀਂ ਆਉਂਦਾ, ਜਸਟੀਫਾਈ ਕਿਵੇਂ ਕਰੀਏ। ਉਹਨਾਂ ਵੇਖਿਆ ਸਿੱਖ ਆਪਣੇ ਸਤਿਗੁਰੂ ਨੂੰ ਪਾਤਸ਼ਾਹ ਕਹਿੰਦੇ ਨੇ, ਉਹਨਾਂ ਨੇ ਉੱਪਰ ਲਿਖ ਦਿੱਤਾ ਪਾਤਸ਼ਾਹੀ ਦਸਵੀਂ। ਇਹ ਗੱਲ ਦਾ ਧਿਆਨ ਦੇਣਾ, ਸਿੱਖ ਆਪਣੇ ਸਤਿਗੁਰੂ ਨੂੰ ਪਾਤਸ਼ਾਹ ਕਹਿੰਦਾ, ਗੁਰੂ ਆਪਣੇ ਆਪ ਨੂੰ ਪਾਤਸ਼ਾਹ ਨਹੀਂ ਕਹਿੰਦਾ। ਨਾਨਕ ਦੇ ਘਰ ਦੇ ਵਿੱਚ ਤਾਂ ਇਤਨੀ ਨਿਮਰਤਾ ਹੈ, ਆ ਪੰਕਤੀਆਂ ਦੇਖਣਾ, ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਜਪ ਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਪੰਕਤੀ ਹੈ, ਨਾਨਕ ਨੀਚ ਕਹੈ ਵਿਚਾਰ। ਗੁਰੂ ਅਰਜਨ ਪਾਤਸ਼ਾਹ ਦੀ ਪਾਵਨ ਪੰਕਤੀ ਹੈ ਪੰਨਾ 609 'ਤੇ, ਜਨ ਨਾਨਕ ਦੀਨ ਸਰਨ ਆਇਓ ਰੱਬ ਸਭ ਲੇਖਾ ਰੱਖੋ ਉਠਾਈ। ਜਨ ਨਾਨਕ ਦੀਨ ਜੋ ਭਾਵੈ ਤਿਉਂ ਰਾਖ ਤੂੰ, ਨਾਨਕ ਤੇਰਾ ਦਾਸ। ਸਤਿਗੁਰੂ ਆਪਣੇ ਆਪ ਨੂੰ ਪਾਤਸ਼ਾਹ ਨਹੀਂ ਕਹਿੰਦਾ, ਸਤਿਗੁਰੂ ਤਾਂ ਆਪਣੇ ਆਪ ਨੂੰ ਕਹਿੰਦੇ ਨੇ ਨਾਨਕ ਗਰੀਬ ਬੰਦਾ ਜਨ ਤੇਰਾ। ਮੇਰਾ ਸਮਝਣਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਣੀ ਉਚਾਰਨ ਕਰਦੇ, ਉਹ ਇਹ ਜੋ ਮਰਿਆਦਾ ਚੱਲੀ ਆਉਂਦੀ ਸੀ ਉਹਨੂੰ ਕਦੀ ਤੋੜ ਨਹੀਂ ਸਨ ਸਕਦੇ। ਇਹ ਗੱਲ ਵਿਚਾਰਨ ਵਾਲੀ ਹੈ, ਸਮਝਣ ਵਾਲੀ ਹੈ ਕਿ ਨਾਨਕ ਪਦ ਵੀ ਨਹੀਂ ਆਇਆ, ਮਹੱਲਾ ਲਫਜ਼ ਵੀ ਨਹੀਂ ਵਰਤਿਆ ਗਿਆ, ਮਹੱਲੇ ਦੀ ਜਗ੍ਹਾ ਦੇ ਉੱਤੇ ਉੱਪਰ ਲਿਖ ਦਿੱਤਾ ਗਿਆ ਪਾਤਸ਼ਾਹੀ ਦਸਵੀਂ। ਇਹ ਕੁਝ ਮੂਲ ਸਿਧਾਂਤ ਨੇ, ਬੇਸਿਕ ਗੱਲਾਂ ਨੇ ਜਿਹੜੀਆਂ ਸਮਝਣ ਵਾਲੀਆਂ ਨੇ, ਜਿਹੜੀ ਗੁਰਬਾਣੀ ਦੇ ਸੰਦਰਭ ਦੇ ਵਿੱਚ ਸਮਝਣੀਆਂ ਬਹੁਤ ਜ਼ਰੂਰੀ ਨੇ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦਾ ਸੰਪਾਦਨ ਕਰਾਇਆ 1705-6 ਈਸਵੀ ਦੇ ਵਿੱਚ, ਔਰ 1708 ਦੇ ਵਿੱਚ ਸਤਿਗੁਰੂ ਅਕਾਲ ਪੈ ਜਾਣਾ ਕਰ ਗਏ। ਇੱਕ ਗੱਲ ਯਕੀਨੀ ਹੈ ਕਿ ਜੇ ਸਤਿਗੁਰੂ ਨੇ ਕੋਈ ਬਾਣੀ ਉਚਾਰਨ ਕੀਤੀ ਸੀ ਤਾਂ ਉਸ ਤੋਂ ਪਹਿਲਾਂ ਉਚਾਰਨ ਕਰ ਚੁੱਕੇ ਸਨ। ਕੋਈ ਕਾਰਨ ਨਹੀਂ ਬਣਦਾ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਆਪ ਸੰਪਾਦਨ ਕਰਾਉਣ, ਉਹਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 115 ਸ਼ਬਦਾਂ ਨੂੰ ਦਰਜ ਕਰਨ ਅਤੇ ਉਹਦੇ ਵਿੱਚ ਆਪਣੀ ਬਾਣੀ ਨਾ ਪਾਉਣ। ਘੱਟੋ ਘੱਟ ਘੱਟੋ ਘੱਟ ਜਿਹੜੇ ਪਹਿਲਾਂ 13 ਪੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ ਨਿਤਨੇਮ ਦੇ ਨੇ, ਹੁਣ 100 ਦਰ ਦੇ 100 ਪੁਰਖ ਦੇ 9 ਸ਼ਬਦ ਜਿਹੜੇ ਨੇ ਇਹ ਸਾਰੇ ਰਾਗਾਂ 'ਚ ਦੁਬਾਰਾ ਆਉਂਦੇ ਨੇ, ਪਹਿਲਾਂ ਕੱਢ ਕੇ ਬਾਹਰ ਅਲੱਗ ਕਿਉਂ ਦਰਜ ਕੀਤੇ? 16 ਬਾਣੀ ਦੇ 5 ਦੇ 5 ਸ਼ਬਦ ਰਾਗਾਂ 'ਚ ਦੁਬਾਰਾ ਆਉਂਦੇ ਨੇ, ਪਹਿਲਾਂ ਅਲੱਗ ਕੱਢ ਕੇ ਕਿਉਂ ਦਰਜ ਕੀਤੇ? ਕਿਉਂਕਿ ਸਾਨੂੰ ਨਿਤਨੇਮ ਬਣਾ ਕੇ ਦਿੱਤਾ ਸਤਿਗੁਰੂ ਨੇ, ਆਪ ਬਣਾ ਕੇ ਦਿੱਤਾ, ਔਰ ਇਹਦੀ ਪ੍ਰਵਾਨਗੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ, ਇਸ ਸਰੂਪ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਗੁਰਗੱਦੀ ਦਿੱਤੀ ਹੈ, ਸਾਨੂੰ ਹੁਕਮ ਕਰਕੇ ਗਏ ਨੇ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਤੇ ਜੇ ਸਤਿਗੁਰੂ ਨੇ ਬਾਣੀ ਉਚਾਰਨ ਕੀਤੀ ਹੋਈ ਸੀ ਉਸ ਵੇਲੇ ਘੱਟੋ ਘੱਟ ਨਿਤਨੇਮ ਦੇ ਵਿੱਚ ਤਾਂ ਨਿਤਨੇਮ ਦੀਆਂ ਬਾਣੀਆਂ ਪਾ ਦਿੰਦੇ ਤਾਂ ਕਿ ਸਿੱਖ ਕੌਮ ਦੇ ਵਿੱਚ ਕੋਈ ਭੁਲੇਖਾ ਨਾ ਪਵੇ। ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਇੱਕ ਚੀਜ਼ ਹੁੰਦੀ ਹੈ, ਉਹਦਾ ਸਿਧਾਂਤਕ ਪੱਖ, ਕਿ ਕੀ ਸਿਧਾਂਤ ਉਹੀ ਨੇ, ਉਹ ਸਿਧਾਂਤ ਮੇਲ ਖਾਂਦੇ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਨੇ। ਮੈਂ ਕੁਝ ਇੱਕ ਬੜੀਆਂ ਬੇਸਿਕ ਜਿਹੀਆਂ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਾਂ, ਕਿਉਂਕਿ ਬਹੁਤ ਵੱਡਾ ਵਿਸ਼ਾ ਹੈ। ਮੈਂ ਕਹਾਂ ਵੀ ਇੱਕ CD ਦੇ ਵਿੱਚ ਮੈਂ ਸਾਰਾ ਵਿਸ਼ਾ ਡਿਸਕਸ ਕਰ ਲਵਾਂ, ਇਹ ਤਾਂ ਸੰਭਵ ਨਹੀਂ, ਪਰ ਕੁਝ ਬੇਸਿਕ ਚੀਜ਼ਾਂ ਜਿਹੜੀਆਂ ਨੇ ਉਹ ਆਪ ਜੀ ਨਾਲ ਡਿਸਕਸ ਕਰਨਾ ਚਾਹੁੰਦਾ, ਆਪ ਜੀ ਦੇ ਦਰਬਾਰ 'ਚ ਰੱਖਣਾ ਚਾਹੁੰਦਾ। ਫੈਸਲਾ ਨਿਰਣਾ ਪੰਥ ਨੇ ਕਰਨਾ, ਨਿਰਣਾ ਕੌਮ ਨੇ ਕਰਨਾ, ਮੈਂ ਤਾਂ ਗੁਰਮਤਿ ਦੀ ਕਸਵੱਟੀ 'ਤੇ ਪਰਖ ਕੇ ਆਪ ਦੇ ਅੱਗੇ ਰੱਖਣ ਲੱਗਾ। ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪੂਰਨ ਬਾਣੀ ਜਿਹੜੀ ਹੈ, ਇਹਦੇ ਵਿੱਚ ਦੋ ਚੀਜ਼ਾਂ ਨੇ, ਉਸ ਅਕਾਲ ਪੁਰਖ ਦੀ ਸਿਫਤ ਸਲਾਹ, ਉਹਦੇ ਗੁਣਾਂ ਦੀ ਵਿਚਾਰ, ਔਰ ਨਿਰਮਲ ਜੀਵਨ ਜੁਗਤ ਦੇ ਖਜ਼ਾਨੇ, ਭਰਪੂਰ ਹੈ ਇਹਨਾਂ ਦੋ ਚੀਜ਼ਾਂ ਨਾਲ ਸਤਿਗੁਰੂ ਦੀ ਬਾਣੀ, ਕੋਈ ਕਹਾਣੀਆਂ ਨਹੀਂ। ਬੇਸ਼ੱਕ ਕੁਝ ਪੰਕਤੀਆਂ 'ਚੋਂ ਕੁਝ ਇਤਿਹਾਸਿਕ ਪ੍ਰਮਾਣ ਮਿਲਦੇ ਹਨ, ਇਲਾਹੀ ਗੁਰਬਾਣੀ ਰਾਹੀਂ ਹੀ ਜੋ ਗਿਆਨ ਦਿੱਤਾ ਗਿਆ, ਕੋਈ ਕਹਾਣੀਆਂ ਰਾਹੀਂ ਇਤਿਹਾਸ ਰਾਹੀਂ ਨਹੀਂ ਦਿੱਤਾ ਗਿਆ। ਔਰ ਇਹ ਜੋ ਕਿਤਾਬ ਹੈ ਦਸਮ ਗ੍ਰੰਥ, ਜਿਹਨੂੰ ਅੱਜ ਕਿਹਾ ਜਾ ਰਿਹਾ ਬਚਿੱਤਰ ਨਾਟਕ ਗ੍ਰੰਥ, ਇਹਦੇ ਪਹਿਲੇ 38 ਪੰਨਿਆਂ ਤੋਂ ਬਾਅਦ ਜਾਂ ਤਾਂ ਸਾਕਤ ਮੱਧ ਦੇ ਇਤਿਹਾਸਕ ਕਹਾਣੀਆਂ ਨੇ, ਸਟੋਰੀਜ਼ ਨੇ,
ਜੇ ਉਹਨੂੰ ਇਤਿਹਾਸ ਵੀ ਕਹੀਏ ਤਾਂ ਉਹਦਾ ਸਿੱਖ ਕੌਮ ਨਾਲ ਕੋਈ ਸੰਬੰਧ ਨਹੀਂ, ਸਿੱਖ ਇਤਿਹਾਸ ਨਹੀਂ, ਸਿਰਫ ਇੱਕ ਭੁਲੇਖਾ ਪਾਉਣ ਵਾਲੀ ਗੱਲ ਹੈ। ਔਰ ਉਹਦੇ ਬਾਅਦ ਕੁਝ ਅਸ਼ਲੀਲ ਰਚਨਾਵਾਂ ਨੇ। ਜੇ ਅਸੀਂ ਸਿਧਾਂਤਕ ਤੌਰ 'ਤੇ ਗੱਲ ਨੂੰ ਸਮਝਦੇ ਹੋਈਏ, ਸਮਝਦਾਰ ਸਿੱਖ ਵਾਸਤੇ ਇੰਨਾ ਬਹੁਤ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਇਲਾਹੀ ਗਿਆਨ ਹੈ, ਅਤੇ ਇੱਥੇ ਜਿਹੜਾ ਉਹ ਕਹਾਣੀਆਂ ਨੇ, ਸਾਡਾ ਸਿੱਖ ਕੌਮ ਦਾ ਇਹਦੇ ਨਾਲ ਸੰਬੰਧ ਕੋਈ ਨਹੀਂ। ਲੇਕਿਨ ਕਿਉਂਕਿ ਭੁਲੇਖੇ ਖੜ੍ਹੇ ਕੀਤੇ ਜਾ ਰਹੇ ਨੇ, ਇਸ ਲਈ ਕੁਝ ਚੀਜ਼ਾਂ ਹੋਰ ਵਿਚਾਰਨੀਆਂ ਬਹੁਤ ਜ਼ਰੂਰੀ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਅਕਾਲ ਪੁਰਖ ਦਾ ਸਰੂਪ ਜੋ ਵਰਣਨ ਕੀਤਾ ਗਿਆ ਉਹ ਹੈ ਇੱਕ ਓਅੰਕਾਰ, ਸਤਨਾਮ, ਕਰਤਾ, ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿਭੰਗ, ਗੁਰਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਇੱਕ ਰਸ ਹੈ, ਨਾ ਕਦੀ ਵੱਧਦਾ ਨਾ ਕਦੀ ਘੱਟਦਾ, ਕਿਤੇ ਜ਼ਿਆਦਾ ਨਹੀਂ ਕਿਤੇ ਘੱਟ ਨਹੀਂ। ਐਸਾ ਨਹੀਂ ਸਤਿਯੁਗ 'ਚ ਜ਼ਿਆਦਾ ਸੀ ਅਤੇ ਹੁਣ ਘੱਟ ਗਿਆ, ਇੱਕ ਰਸ ਹੈ। ਉਹਦੀ ਹੋਂਦ ਸੱਚੀ ਹੈ, ਉਹਦੀ ਐਗਜ਼ਿਸਟੈਂਸ ਟਰੂ ਹੈ, ਨਾਮ ਵਾਲਾ ਹੈ। ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਉਹ ਹੈ ਕਰਤਾ ਪੁਰਖ, ਔਰ ਰਚਨਾ ਕਰਕੇ ਆਪਣੀ ਰਚਨਾ 'ਚ ਆਪ ਸਮਾਇਆ ਹੋਇਆ, ਬਲਿਹਾਰੀ ਕੁਦਰਤ ਵਸਿਆ। ਆਪ ਪੀਨੇ ਆਪ ਸਾਜਿਓ, ਪੀਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ, ਉਹਦੇ ਵਿੱਚ ਆਪ ਸਮਾਇਆ ਹੋਇਆ ਆਪਣੀ ਕੁਦਰਤ ਦੇ ਵਿੱਚ। ਨਿਰਭਉ, ਉਹਨੂੰ ਕਿਸੇ ਦਾ ਭੈ ਨਹੀਂ, ਨਿਰਵੈਰ, ਕਿਸੇ ਨਾਲ ਵੈਰ ਨਹੀਂ। ਅਕਾਲ ਮੂਰਤ, ਕਾਲ ਦੀ ਪਹੁੰਚ ਤੋਂ ਬਾਹਰ ਹੈ, ਕਾਲ ਦਾ ਉਹਦੇ 'ਤੇ ਪ੍ਰਭਾਵ ਨਹੀਂ, ਉਹ ਕਦੇ ਜੂਨਾਂ ਵਿੱਚ ਨਹੀਂ ਆਉਂਦਾ। ਔਰ ਅਗਲੀ ਗੱਲ ਬੜੀ ਮਹੱਤਵਪੂਰਨ, ਸਹਿਭੰਗ, ਆਪਣੇ ਆਪ ਪ੍ਰਕਾਸ਼ਮਾਨ ਹੋਇਆ, ਕਿਸੇ ਨੇ ਉਹਨੂੰ ਜੰਮਿਆ ਨਹੀਂ, ਕਿਸੇ ਨੇ ਬਣਾਇਆ ਨਹੀਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਗੁਰੂ ਦੀ ਬਖਸ਼ਿਸ਼ ਨਾਲ ਮਿਲਦਾ। ਇਹ ਅਕਾਲ ਪੁਰਖ ਦਾ ਸਰੂਪ ਦਰਸ਼ਨ ਕਰਾਏ ਨੇ ਸਤਿਗੁਰੂ ਨੇ ਸਾਨੂੰ। ਹੁਣ ਬਚਿੱਤਰ ਨਾਟਕ ਦਾ ਜਿਹੜਾ ਇਸ਼ਟ ਹੈ ਉਹਦਾ ਸਰੂਪ ਉੱਥੇ ਜਿਹੜਾ ਦਰਜ ਕੀਤਾ ਗਿਆ, ਮੁੰਡਕੀ ਮਾਲ ਦਿਸਾਨ ਕੋ ਅੰਬਰ, ਬਾਮ ਕਰਿਓ ਗਲ ਮੈਂ ਅਸਭਾਰੋ, ਲੋਚਨ ਲਾਲ ਕਰਾਲ ਦਿਪੈ, ਦੋ ਭਾਲ ਬਿਰਾਜਤ ਹੈ ਅਨਿਆਰੋ, ਛੁੱਟੇ ਹੈ ਬਾਲ ਮਹਾਂ ਬਿਕਰਾਲ, ਵਿਸਾਲ ਲਸੈ ਰਦ ਪੰਥ ਉਜਿਆਰੋ, ਛਾੜਤ ਜਾਲ ਲਏ ਕਰ ਬਿਆਲ, ਸੋ ਕਾਲ ਸਦਾ ਪ੍ਰਤਪਾਲ ਤਿਹਾਰੋ। ਗਲੇ ਵਿੱਚ ਮੁੰਡਾਂ ਦੀ ਮਾਲਾ, ਲੋਕਾਂ ਦੇ ਸਿਰ ਲਾ ਕੇ ਉਹਨਾਂ ਦੀ ਮਾਲਾ ਬਣਾ ਕੇ ਗਲੇ 'ਚ ਪਾਈ ਹੋਈ ਹੈ, ਔਰ ਨਗਨ ਹੈ, ਅੱਖਾਂ ਅੰਗਾਰੇ ਵਾਂਗੂ ਚਮਕਦੀਆਂ ਪਈਆਂ, ਬੜੀ ਡਰਾਉਣੀ ਸ਼ਕਲ ਹੈ, ਵਾਲ ਖੁੱਲ੍ਹੇ ਛੱਡੇ ਹੋਏ ਨੇ। ਆਹ ਤੁਹਾਡੇ ਸਾਹਮਣੇ ਸਰੂਪ ਆ ਰਿਹਾ, ਆਹ ਜਿਹੜਾ ਬਿਆਨ ਕੀਤਾ ਗਿਆ ਇਹ ਬਚਿੱਤਰ ਨਾਟਕ ਦੇ ਇਸ਼ਟ ਦਾ ਸਰੂਪ ਹੈ। ਬੇਸਿਸ ਹੀ ਨਹੀਂ ਮਿਲਦਾ। ਇੱਥੇ ਗੱਲ ਉਸ ਨਿਰਾਕਾਰ ਦੀ ਹੈ, ਨਿਰੰਕਾਰ ਦੀ ਹੈ, ਅਕਾਲ ਪੁਰਖ ਦੀ। ਇੱਥੇ ਇੱਕ ਸਰੀਰ ਵਾਲੇ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਇਸ ਤੋਂ ਬਾਅਦ ਜੋ ਅਕਾਲ ਪੁਰਖ ਦਾ ਸਰੂਪ ਸਤਿਗੁਰੂ ਨੇ ਬਿਆਨ ਕੀਤਾ ਉਹਦੇ ਵਿੱਚ ਗੱਲ ਬੜੀ ਸਪਸ਼ਟ ਕਰ ਦਿੱਤੀ ਕਿ ਅਕਾਲ ਪੁਰਖ ਨਿਰਾਕਾਰ ਹੈ, ਉਹਦਾ ਕੋਈ ਆਕਾਰ ਨਹੀਂ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹਗੁਣ ਤੇ ਪ੍ਰਭ ਭਿੰਨ, ਅਤੇ ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਨਾ ਉਹਦਾ ਕੋਈ ਰੂਪ ਹੈ, ਨਾ ਕੋਈ ਰੇਖ ਹੈ, ਉਹਦੀਆਂ ਰੇਖਾਵਾਂ ਕੋਈ ਨਹੀਂ, ਉਹਨਾਂ ਰੇਖਾਵਾਂ 'ਚ ਸੀਮਤ ਵੀ ਨਹੀਂ ਕੀਤਾ ਜਾ ਸਕਦਾ, ਨਾ ਉਹਦਾ ਕੋਈ ਰੰਗ ਹੈ। ਜਦ ਉਹ ਸਰੀਰ ਹੀ ਨਹੀਂ, ਆਕਾਰ ਹੀ ਨਹੀਂ, ਤਾਂ ਉਹਦਾ ਰੰਗ ਕਿੱਥੋਂ ਹੋਣਾ? ਇਹੀ ਗੱਲ ਸਤਿਗੁਰੂ ਨੇ ਸਾਨੂੰ ਫਿਰ ਗੁਰਬਾਣੀ 'ਚ ਦ੍ਰਿੜ ਕਰਾਈ, ਸੱਚੇ ਸਚਿਆਰ ਵਿਟੋਂ ਕੁਰਬਾਨ, ਨਾ ਤਿਸ ਰੂਪ ਵਰਨ ਨਹੀਂ ਰੇਖਿਆ, ਸੱਚ ਹੈ ਸ਼ਬਦ ਨਿਸ਼ਾਨ। ਨਾ ਉਹਦਾ ਰੂਪ ਹੈ, ਨਾ ਵਰਨ ਹੈ, ਨਾ ਰੇਖ ਹੈ, ਨਿਰਾਕਾਰ ਹੈ। ਅਤੇ ਜਿਹੜਾ ਸਰੂਪ ਇੱਥੇ ਦਸਮ ਗ੍ਰੰਥ ਦੇ ਵਿੱਚ ਬਚਿੱਤਰ ਨਾਟਕ ਗ੍ਰੰਥ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਉਹ ਹੈ, ਇੱਕ ਹੈ ਰਹਿ ਗਏ ਜਬੇ ਪਿਆਲਾ, ਐਸਾ ਮਚਾ ਜੁੱਧ ਬਿਕਰਾਲਾ, ਮਹਾਂਕਾਲ ਕਹਿ ਭਇਓ ਪ੍ਰਸੇਤਾ, ਡਾਰਾ ਭੂਮ ਪੋਛ ਕਰ ਦਿੱਤਾ। ਇੱਕ ਬੜਾ ਭੁਲੇਖਾ ਪਾਇਆ ਜਾਂਦਾ ਕਿ ਮਹਾਂਕਾਲ ਜਿਹੜਾ ਵਾਹਿਗੁਰੂ ਨੂੰ ਕਿਹਾ ਗਿਆ, ਜੇ ਵਾਹਿਗੁਰੂ ਨੂੰ ਕਿਹਾ ਗਿਆ, ਅਕਾਲ ਪੁਰਖ ਨੂੰ ਕਿਹਾ ਗਿਆ, ਫਿਰ ਉਹਨਾਂ ਗੁਣਾਂ ਵਾਲਾ ਹੋਣਾ ਚਾਹੀਦਾ, ਉਹਦਾ ਰੂਪ ਰੇਖ ਨਹੀਂ ਹੋਣਾ ਚਾਹੀਦਾ। ਇੱਥੇ ਤਾਂ ਸ਼ਸਤਰ ਫੜ ਕੇ ਮੈਦਾਨ ਦੇ ਵਿੱਚ ਜੰਗ ਕਰ ਰਿਹਾ, ਮਹਾਂਕਾਲ ਨੂੰ ਪਸੀਨਾ ਵੀ ਆਉਂਦਾ ਜਿਹੜਾ ਉਹਨੇ ਪੂੰਝ ਕੇ ਥੱਲੇ ਸੁੱਟ ਦਿੱਤਾ, ਹੱਥੇ ਸ਼ਸਤਰ ਫੜ ਕੇ ਜੰਗ ਵੀ ਕੋਈ ਸਰੀਰਧਾਰੀ ਕਰ ਸਕਦਾ, ਔਰ ਪਸੀਨਾ ਵੀ ਕਿਸੇ ਦੇਹਧਾਰੀ ਨੂੰ ਆ ਸਕਦਾ, ਕਿਸੇ ਸਰੀਰ ਨੂੰ ਆ ਸਕਦਾ, ਨਿਰਾਕਾਰ ਨੂੰ ਪਸੀਨਾ ਨਹੀਂ ਆ ਸਕਦਾ। ਫਿਰ ਗੁਰਬਾਣੀ 'ਚ ਇੱਕ ਪਰਮਾਤਮਾ ਦੀ ਗੱਲ ਹੈ, ਇੱਕ ਅਕਾਲ ਪੁਰਖ ਦੀ ਗੱਲ ਹੈ। ਸਤਿਗੁਰੂ ਨੇ, ਮੇਰੇ ਗੁਰੂ ਨਾਨਕ ਨੇ ਹੋਕਾ ਦਿੱਤਾ ਹੈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਬਸ ਉਸ ਇੱਕ ਨਾਲ ਜੋੜਿਆ ਸਿੱਖ ਨੂੰ, ਆ ਬਹੁਤਿਆਂ ਦੇ ਚੱਕਰ 'ਚੋਂ ਕੱਢਿਆ, ਮੁਕਤ ਕਰਾਇਆ। ਅਤੇ ਇੱਥੇ ਦੂਸਰੇ ਪਾਸੇ ਸਰਬਕਾਲ ਹੈ ਪਿਤਾ ਅਪਾਰਾ, ਦੇਵ ਕਾਲ ਕਾ ਮਾਤ ਹਮਾਰਾ, ਮਨੁਆ ਗੁਰ ਮੁਰ ਮਨਸਾ ਮਾਈ, ਜਿਨ ਮੋਕੋ ਸਭ ਕਿਰਿਆ ਪੜਾਈ। ਸਰਬਕਾਲ ਪਿਤਾ ਹੈ, ਜਿਹਨੂੰ ਮਹਾਂਕਾਲ ਵੀ ਕਿਹਾ ਗਿਆ, ਅਤੇ ਦੇਵ ਕਾਲ ਕਾ ਮਾਤ ਹਮਾਰਾ, ਜਿਹਨੂੰ ਪੁਆਣੀ ਵੀ ਕਿਹਾ ਗਿਆ, ਜਿਹਨੂੰ ਸ਼ਿਵਾ ਵੀ ਕਿਹਾ ਗਿਆ। ਇਹ ਕਾਲਕਾ ਦੇਵੀ ਜਿਹੜੀ ਹੈ ਇਹ ਸਾਡੀ ਮਾਤਾ, ਹੋ ਸਕਦੀ ਕਿਸੇ ਦੀ ਮਾਤਾ ਪਿਤਾ ਹੋਣ,
ਮੈਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ, ਲੇਕਿਨ ਸਿੱਖ ਦੇ ਨਹੀਂ ਹੋ ਸਕਦੇ। ਸਿੱਖ ਦਾ ਇਹਨਾਂ ਨਾਲ ਕੋਈ ਸੰਬੰਧ ਨਹੀਂ। ਸਿੱਖ ਤਾਂ ਨਿਰਾਕਾਰ ਅਕਾਲ ਪੁਰਖ ਦਾ ਪੁਜਾਰੀ ਹੈ, ਇੱਕ ਦਾ ਪੁਜਾਰੀ ਹੈ। ਹੁਣ ਗੁਰਬਾਣੀ ਕਹਿੰਦੀ ਅਕਾਲ ਪੁਰਖ ਕਦੇ ਜੂਨਾਂ ਵਿੱਚ ਨਹੀਂ ਆਉਂਦਾ। ਔਰ ਸਤਿਗੁਰੂ ਨੇ ਤਾਂ ਬੜੀ ਗੱਲ ਕਰੜੀ ਕਹਿ ਦਿੱਤੀ, ਸਗਲ ਪਰਾਧ ਦੇਹ ਲੋ ਰੋਨੀ ਸੋ ਮੁੱਖ ਜਲੋ ਜਿਤ ਕਹੈ ਠਾਕੁਰ ਜੋਨੀ। ਸਾਰੇ ਪੁਆੜਿਆਂ ਦੀ ਜੜ ਹੈ ਕਿ ਤੂੰ ਪਰਮਾਤਮਾ ਨੂੰ ਦੇਹਾਂ ਦੇ ਵਿੱਚ ਲੱਭ ਰਿਹਾ, ਸਰੀਰਾਂ ਦੇ ਵਿੱਚ ਲੱਭ ਰਿਹਾ। ਇੱਕ ਪਰਮਾਤਮਾ ਦੀ ਮੂਰਤੀ ਬਣਾ ਕੇ ਭਗਵਾਨ ਕਹਿ ਕੇ ਉਹਨੂੰ ਲੋਰੀਆਂ ਦੇ ਰਿਹਾ, ਸਗਲ ਪਰਾਧ ਦੇਹ ਲੋ ਰੋਨੀ, ਉਹਨੂੰ ਦੇਹ ਨੂੰ ਲੋਰੀਆਂ ਦੇ ਰਿਹਾ। ਤੂੰ ਪਰਮਾਤਮਾ ਤੋਂ ਵੱਡਾ ਹੋ ਗਿਆ, ਉਹਨੂੰ ਲੋਰੀਆਂ ਦੇ ਰਿਹਾ। ਸਤਿਗੁਰ ਨੇ ਸੋ ਮੁੱਖ ਜਲੋ, ਉਹ ਮੂੰਹ ਸੜ ਜਾਣਾ ਚਾਹੀਦਾ, ਜਲ ਜਾਣਾ ਚਾਹੀਦਾ ਜਿਹੜਾ ਕਹਿੰਦਾ ਪਰਮਾਤਮਾ ਜੂਨਾਂ 'ਚ ਆਉਂਦਾ। ਇਹੀ ਗੱਲ ਸਤਿਗੁਰ ਨੇ ਫਿਰ ਸਾਨੂੰ ਦ੍ਰਿੜ ਕਰਾਈ, ਤੂੰ ਪਾਰ ਬ੍ਰਹਮ ਪਰਮੇਸ਼ਰ ਜੋ ਨਾ ਆਵਾਈ, ਤੂੰ ਹੁਕਮੀ ਸਾਜੈ ਸ੍ਰਿਸ਼ਟ ਸਾਜ ਸਮਾਵਾਈ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਜੂਨਾਂ ਵਿੱਚ ਨਹੀਂ ਆਉਂਦੇ, ਤੁਸੀਂ ਇਹ ਸ੍ਰਿਸ਼ਟੀ ਸਾਜ ਦਿੱਤੀ ਹੈ, ਇਹ ਸ੍ਰਿਸ਼ਟੀ ਦੇ ਵਿੱਚ ਸਮਾਏ ਹੋਏ ਹੋ। ਹੁਣ ਦੂਸਰੇ ਪਾਸੇ ਉਸ ਬਚਿੱਤਰ ਨਾਟਕ ਗ੍ਰੰਥ ਦੇ ਵਿੱਚ ਹਾਤੀ ਮਾਰੀ ਹੈ, ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹ ਧਰਤ ਅਵਤਾਰਾ, ਕਾਲ ਸਬਨ ਕੋ ਪੇਖ ਤਮਾਸਾ, ਅੰਤੈ ਕਾਲ ਕਰਤ ਹੈ ਨਾਸਾ। ਜਦੋਂ ਜਦੋਂ ਧਰਤੀ ਦੇ ਉੱਤੇ ਪਾਪ ਵਧਦੇ ਨੇ, ਪਰਮਾਤਮਾ ਅਵਤਾਰ ਧਾਰਨ ਕਰਦਾ। ਇੱਥੇ ਇੱਕ ਦੋ ਦੀ ਵੀ ਗੱਲ ਨਹੀਂ। ਅਬ ਚੌਬੀਸ ਉਚਰੋਂ ਅਵਤਾਰਾ, ਜੇ ਬਿਲ ਤਿਨਕਾ ਲਖਾ ਅਖਾਰਾ, ਸੁਨਿਅਤ ਸੰਤ ਸਭੈ ਚਿਤ ਲਾਈ, ਬਰਨਤ ਸਿਆਮ ਜਥਾ ਮਤ ਭਾਈ। 24 ਅਵਤਾਰਾਂ ਦੀ ਗੱਲ ਕੀਤੀ ਗਈ, ਔਰ ਇਹ ਕਿਹਾ ਗਿਆ ਕਿ ਪਰਮਾਤਮਾ ਰੂਪ ਬਦਲ ਬਦਲ ਕੇ ਜਿਹੜਾ ਉਹ ਅਵਤਾਰ ਧਾਰਨ ਕਰ ਰਿਹਾ। ਗੁਰਮਤ ਸਿਧਾਂਤ ਤੋਂ ਬਿਲਕੁਲ ਉਲਟ ਸਿਧਾਂਤ ਹੈ। ਹੁਣ ਇੱਕ ਬੜੀ ਕਮਾਲ ਦੀ ਗੱਲ ਹੈ, ਬਲਿਹਾਰ ਜਾਵਾਂ ਆਪਣੇ ਗੁਰੂ ਨਾਨਕ ਪਾਤਸ਼ਾਹ ਦੇ। ਅੱਜ ਦੀ ਸਾਇੰਸ ਉੱਥੇ ਨਹੀਂ ਪਹੁੰਚ ਸਕੀ ਜਿੱਥੇ ਮੇਰੇ ਗੁਰੂ ਨਾਨਕ ਪਹੁੰਚੇ ਨੇ। ਅੱਜ ਲੱਭਿਆ ਜਾ ਰਿਹਾ ਕਿਵੇਂ ਸੰਸਾਰ ਬਣਾਇਆ, ਕੀ ਹੋਇਆ, ਕਿਵੇਂ ਬਣਿਆ। ਕੁਝ ਆ ਨਵਾਂ ਲੇਟੈਸਟ ਇੱਕ ਥਿਊਰੀ ਆਈ ਕਿ ਪਰਮਾਤਮਾ ਹੈ ਹੀ ਕੋਈ ਨਹੀਂ, ਉਹਨੂੰ ਬਣਾਉਣ ਦੀ ਲੋੜ ਹੀ ਨਹੀਂ ਸੀ, ਇਹ ਫਿਜ਼ੀਕਲ ਪ੍ਰੋਪਰਟੀਜ਼ ਨੇ, ਆਪ ਹੀ ਬਣ ਗਈ ਧਰਤੀ। ਮੇਰੇ ਸਤਿਗੁਰ ਨੇ ਨਿਰਣਾ ਕਰਤਾ, ਆਪੀਨੈ ਆਪ ਸਾਜਿਓ, ਆਪੀਨੈ ਰਚਿਓ ਨਾਉ, ਦੂਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਓ। ਪਰਮਾਤਮਾ ਨੇ ਪਹਿਲੇ ਆਪਣੇ ਆਪ ਨੂੰ ਆਪ ਬਣਾਇਆ, ਆਪਣੀ ਹੋਂਦ ਬਣਾਈ, ਫਿਰ ਕੁਦਰਤ ਬਣਾਈ, ਦੂਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਓ, ਅਤੇ ਉਸ ਕੁਦਰਤ ਦੇ ਵਿੱਚ ਆਪ ਵੱਸ ਗਿਆ। ਇਸੇ ਗੱਲ ਨੂੰ ਸਤਿਗੁਰੂ ਹੋਰ ਬੜੀ ਕਮਾਲ ਦੀ ਗੱਲ ਨਾਲ ਸਪਸ਼ਟ ਕਰਦੇ ਨੇ, ਕੁਦਰਤ ਕਿਵੇਂ ਬਣੀ ਇਹ ਵੀ ਗੱਲ ਸਾਨੂੰ ਸਮਝ ਲੱਗ ਜਾਏ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤੇਰੇ ਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਉਸ ਅਕਾਲ ਪੁਰਖ ਤੋਂ ਹਵਾ ਬਣੀ, ਹਵਾ ਤੋਂ ਪਾਣੀ ਬਣਿਆ। ਅੱਜ ਵੀ ਆ ਸਾਇੰਟਿਸਟ ਖੋਜ ਕਰਦੇ ਨੇ ਨਾ, ਦੂਸਰੇ ਪਲੈਨਟਸ 'ਤੇ ਜਾਂਦੇ ਨੇ, ਉੱਥੇ ਵੇਖਣਾ ਹੋਵੇ ਵੀ ਲਾਈਫ ਹੋ ਸਕਦੀ ਹੈ ਕਿ ਨਹੀਂ, ਲਾਈਫ ਹੈ ਜਾਂ ਨਹੀਂ, ਅਤੇ ਇਹੀ ਖੋਜ ਕੀਤੀ ਜਾਂਦੀ ਉੱਥੇ ਹਵਾ ਹੈ ਜਾਂ ਨਹੀਂ। ਹਵਾ ਹੋਏਗੀ ਤਾਂ ਪਾਣੀ ਹੋਏਗਾ, ਕਿਉਂਕਿ ਹਵਾ ਦੇ ਵਿੱਚ ਗੈਸਿਸ ਹੁੰਦੀਆਂ ਨੇ। ਹਾਈਡਰੋਜਨ ਅਤੇ ਆਕਸੀਜਨ ਦਾ ਜਿਸ ਵੇਲੇ ਆਪਸ 'ਚ ਮਿਲਾਪ ਹੁੰਦਾ, ਦੋ ਮੋਲੀਕੁਲ ਹਾਈਡਰੋਜਨ ਦੇ, ਇੱਕ ਮੋਲੀਕੁਲ ਆਕਸੀਜਨ ਦਾ, ਇਹ H2O ਬਣ ਜਾਂਦਾ, ਪਾਣੀ ਬਣ ਗਿਆ। ਔਰ ਇਹ ਜ਼ਿੰਦਗੀ ਦੀ ਸ਼ੁਰੂਆਤ ਹੈ। ਅਕਾਲ ਪੁਰਖ ਤੋਂ ਹਵਾ ਬਣੀ, ਹਵਾ ਤੋਂ ਪਾਣੀ ਬਣਿਆ, ਇਸ ਤਰ੍ਹਾਂ ਕੁਦਰਤ ਬਣਾਈ। ਇਹ ਕੁਦਰਤ ਬਣਾਉਣ ਦਾ ਤਰੀਕਾ। ਹੁਣ ਦੂਸਰੇ ਪਾਸੇ ਸ੍ਰਿਸ਼ਟੀ ਸਾਜਣ ਦੀ ਜਿਸ ਵੇਲੇ ਗੱਲ ਆਉਂਦੀ ਹੈ, ਅਤੇ ਗੱਲ ਆ ਰਹੀ ਹੈ ਖੰਡਾ ਪ੍ਰਥਮ ਸਾਜ ਕੈ ਜਿਨ ਸਭ ਸਹਿਸਾਰ ਉਪਾਇਆ। ਪਹਿਲਾਂ ਖੰਡਾ ਸਾਜਿਆ ਅਤੇ ਖੰਡੇ ਨਾਲ ਸ੍ਰਿਸ਼ਟੀ ਸਾਜੀ, ਸਿਧਾਂਤਕ ਤੌਰ 'ਤੇ ਕੋਈ ਮੇਲ ਨਹੀਂ। ਹੁਣ ਇੱਕ ਗੱਲ ਹੋਰ ਕਮਾਲ ਦੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਵਿੱਚ ਕਿਤੇ ਆਪਸ ਨੂੰ ਮਤਭੇਦ ਨਹੀਂ ਮਿਲੇਗਾ ਕਿ ਇੱਥੇ ਗੱਲ ਹੋਰ ਆ ਰਹੀ, ਉੱਥੇ ਗੱਲ ਹੋਰ ਆ ਰਹੀ ਹੈ। ਇੱਕ ਰਸ ਹੈ ਸਾਰੀ ਬਾਣੀ, ਇੱਕ ਸਿਧਾਂਤ ਹੈ। ਜਦਕਿ ਇੱਥੇ ਇੱਕ ਤਰੀਕਾ ਤਾਂ ਇਹ ਦੱਸਿਆ, ਖੰਡਾ ਪ੍ਰਥਮ ਸਾਜ ਕੈ ਜਿਨ ਸਭ ਸਹਿਸਾਰ ਉਪਾਇਆ, ਅਤੇ ਦੂਸਰਾ ਤਰੀਕਾ ਦੱਸ ਦਿੱਤਾ, ਏਕ ਸਰਵਨ ਤੇ ਮਹਿਲ ਨਿਕਾਰਾ, ਤਾਂ ਤੇ ਮਧੁ ਕੀਟਵ ਤਨ ਧਾਰਾ, ਦੁਤੀਆ ਕਾਨ ਤੇ ਮਹਿਲ ਨਿਕਾਰੀ, ਤਾਂ ਤੇ ਭਾਈ ਸ੍ਰਿਸ਼ਟ ਇਹ ਸਾਰੀ। ਪਰਮਾਤਮਾ ਨੇ ਇੱਕ ਕਣ ਦੇ ਵਿੱਚੋਂ ਮਹਿਲ ਕੱਢੀ। ਮੈਂ ਇਸੇ ਸ਼ਬਦ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਹੁਣ ਇਹਨਾਂ ਗੱਲਾਂ ਨੂੰ ਸਮਝਣ ਲਈ ਤਾਂ ਕਰਨਾ ਪਏਗਾ। ਪਰਮਾਤਮਾ ਨੇ ਕਦੋਂ ਦੀ ਕਿੰਨੀ ਕੁ ਮਹਿਲ ਕਣ 'ਚ ਸਾਂਭੀ ਹੋਈ ਸੀ, ਇੱਕ ਕਣ 'ਚੋਂ ਮਹਿਲ ਕੱਢੀ ਅਤੇ ਮਤੂ ਅਤੇ ਕੀਟਬ ਇਹ ਦੋ ਰਾਕਸ਼ਸ ਬਣ ਗਏ, ਪੈਦਾ ਹੋ ਗਏ, ਅਤੇ ਦੂਸਰੇ ਕੰਨ 'ਚੋਂ ਮੈਲ ਕੱਢੀ, ਉਹਦੇ ਨਾਲ ਸਾਰੀ ਸ੍ਰਿਸ਼ਟੀ ਬਣੀ। ਆਪਸ ਦੇ ਵਿੱਚ ਹੀ ਮਤਭੇਦ ਹੈ, ਉੱਥੇ ਖੰਡੇ ਨਾਲ ਬਣਾਈ ਜਾ ਰਹੀ ਹੈ, ਇੱਥੇ ਕੰਨ 'ਚੋਂ ਮੈਲ ਕੱਢ ਕੇ ਬਣਾਈ ਜਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਤਾਂ ਮੇਲ ਕੀ ਖਾਣਾ, ਆਪਸ ਦੇ ਵਿੱਚ ਹੀ ਮਤਭੇਦ ਹੈ, ਆਪਸ ਦੇ ਵਿੱਚ ਹੀ ਮਿਲਾਪ ਨਹੀਂ। ਹੁਣ ਕੁਝ ਹੋਰ ਬੜੀਆਂ ਮਹੱਤਵਪੂਰਨ ਗੱਲਾਂ ਸਮਝਣ ਵਾਲੀਆਂ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਹਰ ਤਰ੍ਹਾਂ ਦੀ ਦੇਵੀ ਦੇਵਤਿਆਂ ਦੀ ਪੂਜਾ ਦੀ ਮਨਾਹੀ ਕਰਦੀ ਹੈ। ਸਤਿਗੁਰੂ ਦੀ ਬਾਣੀ ਬਖਸ਼ਿਸ਼ ਕਰਦੀ ਹੈ, ਮਹਿਮਾਨਾ ਜਾਣੈ ਵੇਦ, ਬ੍ਰਹਮੇ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ,
ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਕੋਈ ਅਵਤਾਰ ਉਹਦਾ ਭੇਦ ਨਹੀਂ ਪਾ ਸਕਿਆ, ਵੇਦਾਂ ਦੇ ਵਿੱਚ ਵੀ ਉਹਦਾ ਵਰਣਨ ਪੂਰਾ ਨਹੀਂ ਕੀਤਾ ਜਾ ਸਕਿਆ। ਬ੍ਰਹਮਾ ਜੀ ਨੂੰ ਸਭ ਤੋਂ ਵੱਡਾ ਅਵਤਾਰ ਸਮਝਿਆ ਜਾਂਦਾ ਹੈ, ਬ੍ਰਹਮਾ ਨਹੀਂ ਜਾਣਿਆ ਭੇਦ। ਇਸੇ ਸ਼ਬਦ ਦੇ ਵਿੱਚ ਅੱਗੋਂ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸੰਕਰਾ ਨਹੀਂ ਜਾਣਿਆ ਭੇਵ, ਖੋਜਤ ਹਾਰੇ ਦੇਵ, ਦੇਵੀਆ ਨਹੀਂ ਜਾਣਿਆ ਮਰਮ, ਸਭ ਉੱਪਰ ਅਲੱਖ ਪਾਰ ਬ੍ਰਹਮ। ਨਾ ਦੇਵੀਆਂ ਨੂੰ, ਨਾ ਦੇਵਤਿਆਂ ਨੂੰ, ਨਾ ਸ਼ੰਕਰ ਨੂੰ ਉਹਦਾ ਪੂਰਨ ਗਿਆਨ ਨਹੀਂ। ਦੇਵੀ ਦੇਵਤਿਆਂ ਦੀ ਪੂਜਾ ਦੀ ਪੂਰਨ ਰੂਪ ਦੇ ਵਿੱਚ ਮਨਾਹੀ ਕਰ ਦਿੱਤੀ। ਉਸ ਗੁਰੂ ਦੀ ਬਖਸ਼ਿਸ਼ ਲਓ, ਗੁਰੂ ਦਾ ਗਿਆਨ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੋ, ਉਹਦੇ ਨਾਲ ਜੋੜਿਆ ਗਿਆ। ਹੁਣ ਇੱਥੇ ਦੇਵੀ ਦੇਵਤਿਆਂ ਦੀ ਪੂਜਾ ਦਾ ਵਿਧਾਨ ਹੈ। ਪ੍ਰਥਮ ਧਰੋ ਭਗਵਤ ਕੋ ਧਿਆਨਾ, ਬਹੁਰ ਕਰੋ ਕਵਿਤਾ ਵਿਧਨਾਨਾ, ਕ੍ਰਿਸ਼ਨ ਜਥਾ ਮਤ ਚਰਿੱਤਰ ਉਚਾਰੋ, ਚੂਕ ਹੋਏ ਕਵ ਲਿਹੋ ਸੁਧਾਰੋ। ਪਹਿਲਾਂ ਭਗਵਤੀ ਦੇਵੀ ਦਾ ਧਿਆਨ ਧਰ ਕੇ ਫਿਰ ਮੈਂ ਕਵਿਤਾ ਕਰਨ ਲੱਗਾ। ਕਿਹਦੀ? ਕ੍ਰਿਸ਼ਨ ਜਥਾ ਮਤ ਚਰਿੱਤਰ ਉਚਾਰੋ, ਕ੍ਰਿਸ਼ਨ ਦੀ ਕਵਿਤਾ ਮੈਂ ਗਾਇਨ ਕਰਨ ਲੱਗਾ। ਔਰ ਅਸੀਂ ਕਹਿੰਦੇ ਹਾਂ ਕਿ ਵਿੱਚੋਂ ਕੁਝ ਪੰਕਤੀਆਂ ਚੁਣੀਆਂ ਜਾਂਦੀਆਂ, ਨਹੀਂ ਜੀ ਨਹੀਂ, ਰੱਦ ਕਰ ਰਹੇ ਨੇ, ਰੱਦ ਕਰ ਰਹੇ ਨੇ। ਮੈਂ ਇਹ ਮੰਨਣ ਦੇ ਵਿੱਚ ਮੈਨੂੰ ਕੋਈ ਇਨਕਾਰੀ ਨਹੀਂ। ਅੱਜ ਤੋਂ 10-12 ਸਾਲ ਪਹਿਲੇ ਮੈਨੂੰ ਵੀ ਕੋਈ ਇਹ ਗੱਲ ਕਹਿੰਦਾ ਸੀ ਅਤੇ ਮੈਨੂੰ ਬੜਾ ਦੁੱਖ ਲੱਗਦਾ ਸੀ ਕਿ ਨਹੀਂ, ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣੀ ਨੂੰ ਰੱਦ ਕਰ ਰਹੇ ਹੋ। ਆਪਣੇ ਲੈਕਚਰਸ ਦੇ ਵਿੱਚ ਪ੍ਰਮਾਣ ਵੀ ਦੇਈਦੇ ਸਨ। ਸੱਚਾਈ ਇਹ ਹੈ ਕਿ ਅੰਮ੍ਰਿਤ ਕੀਰਤਨ, ਹੋਰ ਕੁਝ ਇਹੋ ਜਿਹੀਆਂ ਪੋਥੀਆਂ ਦੇ ਵਿੱਚੋਂ ਕੁਝ ਸ਼ਬਦ ਯਾਦ ਕਰ ਲਏ, ਕਿਉਂਕਿ ਚੁਣ ਕੇ ਉਹਦੇ ਵਿੱਚ ਕੁਝ ਪੰਕਤੀਆਂ ਦਿੱਤੀਆਂ ਗਈਆਂ ਨੇ ਜਿਹੜੀਆਂ ਸਿਧਾਂਤ ਨੂੰ ਪੂਰੀ ਰੂਪ ਦੇ ਵਿੱਚ ਸਪਸ਼ਟ ਨਹੀਂ ਕਰਦੀਆਂ। ਬਲਕਿ ਮੈਂ ਇਹ ਵੀ ਕਹਾਂ, ਜੇ ਆਪ ਹੀ ਸਿਧਾਂਤ ਦੀ ਪੂਰੀ ਸਮਝ ਨਹੀਂ ਸੀ ਤਾਂ ਉਹਨਾਂ ਨੂੰ ਰਟੀ ਗਏ, ਉਹਨਾਂ ਨੂੰ ਮੰਨੀ ਗਏ। ਲੇਕਿਨ ਜਿਸ ਵੇਲੇ ਵਿਵਾਦ ਹੋਇਆ, ਆਪ ਪੜਿਆ, ਜਿਸ ਵੇਲੇ ਆਪ ਪੜਿਆ ਤਾਂ ਪਤਾ ਲੱਗਾ ਕਿੱਡੀ ਭੁੱਲ ਕਰਦੇ ਰਹੇ ਹਾਂ। ਇੱਥੇ ਤਾਂ 24 ਅਵਤਾਰਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦਾ ਸਿੱਖ ਕੌਮ ਨਾਲ ਕੋਈ ਸੰਬੰਧ ਹੀ ਨਹੀਂ, ਫਿਰ ਕਿਸ ਭੁਲੇਖੇ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ? ਇੱਥੇ ਤਾਂ ਇੱਥੋਂ ਤੱਕ ਪਾਪ ਕੀਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਹਾਕਾਲ ਦੇਵਤੇ ਦਾ ਅਤੇ ਕਾਲਕਾ ਦੇਵੀ ਦਾ, ਦੁਰਗਾ ਦੇਵੀ ਦਾ ਪੁਜਾਰੀ ਬਣਾ ਦਿੱਤਾ ਗਿਆ। ਹਾਂ, ਹੇਮਕੁੰਟ ਪਰਬਤ ਦਾ ਬੜਾ ਅੱਜ ਕੱਲ੍ਹ ਦੁਨੀਆ ਤੁਰੀ ਫਿਰਦੀ ਉੱਧਰ ਜਾਣ ਵਾਸਤੇ, ਔਰ ਕਦੇ ਉੱਤੇ ਆਧਾਰਿਤ ਹੈ। ਅਬ ਮੈਂ ਆਪਣੀ ਕਥਾ ਬਖਾਨੋ, ਤਬ ਸਾਧਤ ਜੇ ਵਿਧ ਮੋਹਿਆਨੋ, ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਿੰਘ ਸੋਭਤ ਹੈ ਤਹਾਂ, ਸਪਤ ਸਿੰਘ ਤੇ ਨਾਮ ਕਹਾਵਾ, ਪੰਡ ਰਾਜ ਜੈ ਜੋਗ ਕਮਾਵਾ, ਤੈ ਹਮ ਅਧਿਕ ਤਪੱਸਿਆ ਸਾਧੀ। ਕਿਹਦੀ ਤਪੱਸਿਆ ਕੀਤੀ? ਮਹਾਂਕਾਲ ਕਾਲਕਾ ਆਰਾਧੀ। ਮੈਂ ਕਿਧਰੇ ਇਸ ਤਰ੍ਹਾਂ ਵਿਚਾਰ ਕੀਤੀ, ਇੱਕ ਵੀਰ ਮੇਰੇ ਨਾਲ ਨਾਰਾਜ਼ ਹੋ ਗਏ, ਤੁਸੀਂ ਤਾਂ ਜੀ ਗਲਤ ਅਰਥ ਕਰ ਰਹੇ ਹੋ। ਮੈਂ ਕਿਹਾ ਜੀ ਤੁਸੀਂ ਠੀਕ ਕਰਦੇ ਹੋ, ਮੈਂ ਹੁਣੇ ਮਾਫ਼ੀ ਮੰਗ ਲੈਂਦਾ, ਮੈਂ ਭੁੱਲ ਹੋ ਗਈ ਜਿਹੜੀ ਮੇਰੇ ਕੋਲ, ਮੈਂ ਬਖਸ਼ਾ ਲੈਂਦਾ। ਨਹੀਂ ਜੀ, ਮਹਾਂਕਾਲ ਕਾਲਕਾ, ਜਿਹੜਾ ਕਾਲ ਦਾ ਵੀ ਕਾਲ ਹੈ, ਮਹਾਂਕਾਲ ਭਾਵ ਪਰਮਾਤਮਾ। ਆ ਪਿੱਛੇ ਮਹਾਂਕਾਲ ਦੇ ਤਾਂ ਗੁਣ ਦੱਸ ਦਿੱਤੇ ਨੇ, ਸਰੀਰ ਧਾਰੀ ਹੈ। ਚਲੋ ਮੈਂ ਤੁਹਾਡੀ ਗੱਲ ਮੰਨ ਵੀ ਲਵਾਂ, ਮਹਾਂਕਾਲ ਕਾਲਕਾ, ਫਿਰ ਆਰਾਧੀ ਕਿਵੇਂ ਹੋ ਗਿਆ? ਇਹ ਜੈਂਡਰ ਕਿਵੇਂ ਚੇਂਜ ਹੋ ਗਿਆ? ਮੇਰੇ ਸਤਿਗੁਰੂ ਬਾਣੀ ਰਚਨ, ਅਤੇ ਉਹਨਾਂ ਕੋਲ ਐਸੀ ਭੁੱਲ ਹੋ ਜਾਵੇ ਕਿ ਜੈਂਡਰ ਚੇਂਜ ਹੋ ਜਾਵੇ? ਪੁਲਿੰਗ ਦੀ ਜਗ੍ਹਾ 'ਤੇ ਇਸਤਰੀ ਲਿੰਗ ਵਰਤਦੇ? ਐਸਾ ਸੰਭਵ ਨਹੀਂ। ਇੱਥੇ ਮਹਾਂਕਾਲ ਦੇਵਤੇ ਔਰ ਕਾਲਕਾ ਦੇਵੀ, ਜਿਹਨੂੰ ਦੁਰਗਾ ਵੀ ਕਿਹਾ ਗਿਆ, ਜਿਹਨੂੰ ਸ਼ਿਵਾ ਵੀ ਕਿਹਾ ਗਿਆ, ਜਿਹਨੂੰ ਭਵਾਨੀ ਵੀ ਕਿਹਾ ਗਿਆ, ਜਿਹਨੂੰ ਭਗਵਤੀ ਵੀ ਕਿਹਾ ਗਿਆ, ਉਹਦੀ ਗੱਲ ਹੋ ਰਹੀ ਹੈ। ਔਰ ਕਿਹਾ ਜਾ ਰਿਹਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿ ਰਹੇ ਨੇ ਕਿ ਮੈਂ ਉਹਨਾਂ ਦੀ ਪੂਜਾ ਕਰਦਾ ਰਿਹਾ। ਇੱਥੇ ਤਾਂ ਗੱਲ ਬੜੀ ਸਪਸ਼ਟ ਉਹਨਾਂ ਨੇ ਕੀਤੀ ਹੋਈ ਹੈ। ਤੁਸੀਂ ਜੋਗ ਮਾਇਆ, ਤੁਸੀਂ ਬਾਕਬਾਨੀ, ਤੁਸੀਂ ਆਪ ਰੂਪਾ, ਤੁਸੀਂ ਸ੍ਰੀ ਭਵਾਨੀ, ਤੁਸੀਂ ਬਿਸਨ, ਤੂੰ ਬ੍ਰਹਮ, ਤੂੰ ਰੁਦਰ ਰਾਜੈ, ਤੁਸੀਂ ਬਿਸਸ ਮਾਤਾ, ਸਦਾ ਜੈ ਬਿਰਾਜੈ। ਦੇਵੀ ਦੀ ਪੂਜਾ ਦਾ ਵਿਧਾਨ ਹੈ ਜਿਹੜਾ ਸਿੱਖ ਧਰਮ ਦੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਐਸੀਆਂ ਐਸੀਆਂ ਚੀਜ਼ਾਂ ਜਿਹਨਾਂ ਨੂੰ ਵੇਖ ਕੇ ਆਪ ਹਾਸਾ ਆਉਂਦਾ ਹੈ। ਹੁਣ ਸਿੱਖ ਧਰਮ ਦੇ ਵਿੱਚ ਤੀਰਥ ਦਾ ਕੋਈ ਸਥਾਨ ਨਹੀਂ। ਇੱਥੇ ਦੇ ਸਤਿਗੁਰੂ ਨੇ ਹਰ ਤਰ੍ਹਾਂ ਦੇ ਤੀਰਥ ਨੂੰ ਰੱਦ ਕੀਤਾ ਹੈ। ਸਤਿਗੁਰੂ ਕਹਿੰਦੇ ਨੇ, ਤੀਰਥ ਨਾਏ ਨਾ ਉਤਰਸ ਮੈਲ, ਕਰਮ ਧਰਮ ਸਭ ਹੋ ਮੈਂ ਫੈਲ। ਸਤਿਗੁਰੂ ਨੇ ਪੂਰਨ ਰੂਪ ਦੇ ਵਿੱਚ ਤੀਰਥਾਂ ਨੂੰ ਰੱਦ ਕੀਤਾ। ਕਿਹਾ ਕਿਹੜੇ ਤੀਰਥ 'ਤੇ ਤੂੰ ਇਸ਼ਨਾਨ ਕਰਨਾ? ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ, ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਏ। ਆ ਗੁਰਬਾਣੀ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਿਆ ਕਰ, ਇਹ ਸਭ ਤੋਂ ਵੱਡਾ ਤੀਰਥ ਹੀ, ਇਹਦੇ ਵਿੱਚ ਇਸ਼ਨਾਨ ਕਰੇਗਾ। ਅੰਤਰ ਤੀਰਥ ਗਿਆਨ ਹੈ, ਤੇਰੇ ਹਿਰਦੇ ਵਿੱਚ ਅਕਾਲ ਪੁਰਖ ਦਾ ਇਲਾਹੀ ਗਿਆਨ ਵਸ ਜਾਏਗਾ, ਗੁਰਬਾਣੀ ਦਾ ਇਲਾਹੀ ਗਿਆਨ ਵਸ ਜਾਏਗਾ, ਅਤੇ ਫਿਰ ਕੀ ਹੋਏਗਾ? ਮੈਲ ਉਤਰ ਜਾਏਗੀ, ਸਭ ਮੈਲ ਗਈ ਮਨ ਨਿਰਮਲ ਹੋਊਗਾ, ਸਭ ਮੈਲ ਖਤਮ ਹੋ ਜਾਏਗੀ, ਮਨ ਨਿਰਮਲ ਹੋ ਜਾਏਗਾ।
ਅਤੇ ਉੱਧਰ ਗੁਰੂ ਪਾਤਸ਼ਾਹ ਨੂੰ ਹੀ ਤੀਰਥਾਂ 'ਤੇ ਜਾਂਦੇ ਦਿਖਾਤਾ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿਖਾਤਾ ਕਿ ਤੀਰਥਾਂ 'ਤੇ ਜਾ ਕੇ ਉਹ ਮੰਗਦੇ ਰਹੇ। ਮੁਰਪਿਤ ਪੂਰਬ ਕੀਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਪਏ, ਪੁੰਨ ਦਾਨ ਦਿਨ ਕਰਤ ਬਿਤਾਏ। ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਲਾਤਾ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਵੀ ਮੈਂ ਤੀਰਥਾਂ 'ਤੇ ਘੁੰਮਿਆ, ਉੱਥੇ ਜਾ ਕੇ ਦਾਨ ਪੁੰਨ ਕੀਤਾ। ਗੁਰਮਤਿ ਸਿਧਾਂਤ ਦੇ ਨਾਲ ਕੋਈ ਗੱਲ ਮੇਲ ਨਹੀਂ ਖਾਂਦੀ। ਇੱਥੇ ਤਾਂ ਤੀਰਥਾਂ 'ਤੇ ਜਾਣ ਨੂੰ ਮਾਨਤਾ ਦਿੱਤੀ ਜਾ ਰਹੀ ਹੈ, ਖੰਡ ਖੰਡ ਕੈ ਤੀਰਥ ਕਰਹੋ, ਬਾਹਰ ਅਨੇਕ ਆਗਮੈ ਬਰਹੋ, ਕਾਸੀ ਵਿਖੇ ਕਰਵਤੈ ਪੈ ਹੋ, ਢੋਡ ਮੀਤ ਤੋਕੋ ਤਉ ਲੈ ਹੋ। ਤੀਰਥਾਂ 'ਤੇ ਜਾਵਾਂਗੀ, ਕਰਵਤ ਦੇ ਨਾਲ ਆਪਣਾ ਤਨ ਆਰੇ ਨਾਲ ਚਰਾ ਲਵਾਂਗੀ, ਇਹ ਮੇਰੇ ਯਾਰ ਤੈਨੂੰ ਮੈਂ ਫਿਰ ਲੱਭ ਲਵਾਂਗੀ, ਉਹਦੇ ਕਰਕੇ ਉਹਦੇ ਫਲ ਦੇ ਤੌਰ 'ਤੇ ਤੂੰ ਮੈਨੂੰ ਲੱਭ ਜਾਏਗਾ। ਜਦਕਿ ਗੁਰਬਾਣੀ ਹਰ ਤਰ੍ਹਾਂ ਦੇ ਤੀਰਥ ਨੂੰ ਟੋਟਲੀ ਰੱਦ ਕਰ ਰਹੀ ਹੈ। ਸਤਿਗੁਰੂ ਕਹਿੰਦੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮੈਂ ਕਿਹੜੇ ਤੀਰਥ 'ਤੇ ਨਾਵਣ ਲਈ ਜਾਵਾਂ? ਨਾਮ ਤੀਰਥ ਹੈ। ਸ਼ਬਦ ਦੀ ਵਿਚਾਰ ਕਰਕੇ ਉਸ ਗਿਆਨ ਨੂੰ ਜੀਵਨ 'ਚ ਧਾਰਨ ਕਰ ਲੈਣਾ, ਉਸ ਤੀਰਥ 'ਤੇ ਇਸ਼ਨਾਨ ਕਰਨਾ। ਇੱਥੇ ਗੁਰੂ ਪਾਤਸ਼ਾਹ ਨੂੰ ਦਿਖਾ ਦਿੱਤਾ ਤੀਰਥਾਂ 'ਤੇ ਜਾ ਰਹੇ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਤੀਰਥਾਂ 'ਤੇ ਜਾ ਕੇ ਮੰਗ ਰਹੇ ਨੇ। ਹੁਣ ਇੱਕ ਬੜੀ ਬੇਸਿਕ ਗੱਲ ਆਈ, ਗੁਰਬਾਣੀ ਕਹਿੰਦੀ ਹੈ ਔਰ ਅੱਜ ਦਾ ਸਾਇੰਟਿਫਿਕ ਯੁੱਗ ਜਿਹੜਾ ਇਸ ਗੱਲ ਨੂੰ ਪੂਰੀ ਤਰ੍ਹਾਂ ਮੰਨਦਾ ਹੈ ਕਿ ਮਾਤਾ ਪਿਤਾ ਦੇ ਸੰਬੰਧ ਤੋਂ ਬਿਨਾਂ ਕੋਈ ਬੱਚੇ ਦਾ ਜਨਮ ਨਹੀਂ ਹੋ ਸਕਦਾ, ਔਰ ਗੁਰਬਾਣੀ ਨੇ ਇਹਦੀ ਪ੍ਰੋੜਤਾ ਕੀਤੀ। ਸਤਿਗੁਰੂ ਨੇ ਬਾਣੀ ਦੇ ਵਿੱਚ ਦਰਜ ਕਰ ਦਿੱਤਾ, ਮਾਤ ਪਿਤਾ ਸੰਯੋਗ ਉਪਾਏ, ਰਤਨ ਬਿੰਦ ਮਿਲ ਪਿੰਡ ਕਰੇ, ਅੰਤਰ ਗਰਭ ਉਰਦ ਲਿਵ ਲਾਗੀ, ਸੋ ਪ੍ਰਭ ਸਾਰੇ ਦਾਤ ਕਰੇ। ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਪੰਕਤੀਆਂ ਨੇ, ਮਾਤਾ ਅਤੇ ਪਿਤਾ ਦਾ ਸੰਬੰਧ ਬਣੇਗਾ ਅਤੇ ਤਾਂ ਬੱਚਾ ਪੈਦਾ ਹੋਏਗਾ, ਹੋਰ ਕੋਈ ਤਰੀਕਾ ਨਹੀਂ। ਗੁਰੂ ਨਾਨਕ ਪਾਤਸ਼ਾਹ ਫਿਰ ਬਖਸ਼ਿਸ਼ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 122 ਦੇ ਉੱਤੇ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰਾ, ਜੋਤ ਦਾਤ ਜੇਤੀ ਸਭ ਤੇਰੀ, ਤੂੰ ਕਰਤਾ ਸਭ ਠਾਈ ਹੈ। ਮਾਤਾ ਦਾ ਰਕਤ ਅਤੇ ਪਿਤਾ ਦਾ ਬਿੰਦ ਮਿਲਾਪ ਹੋਏਗਾ ਤਾਂ ਬੱਚਾ ਪੈਦਾ ਹੋਏਗਾ। ਹੁਣ ਇੱਥੇ ਬੱਚਾ ਜੰਮਣ ਦੇ ਬੜਾ ਸੌਖਾ ਤਰੀਕਾ ਦੱਸਿਆ ਗਿਆ ਬਚਿੱਤਰ ਨਾਟਕ ਗ੍ਰੰਥ ਦੇ ਵਿੱਚ, ਕਰ ਬਾਮ ਮਾਤਰ ਸਮਾਨ, ਖੱਬਾ ਹੱਥ ਮਾਂ ਦੇ ਬਰਾਬਰ ਹੈ, ਕਰ ਦਛਨੰਤਰ ਪ੍ਰਮਾਣ, ਸੱਜਾ ਹੱਥ ਪਿਤਾ ਬਰਾਬਰ ਹੈ, ਕੀਆ ਪਾਣ ਭੋਗ ਵਿਚਾਰ, ਤਾਂ ਭਏ ਦੱਤ ਕੁਮਾਰ, ਦੋਨਾਂ ਹੱਥਾਂ ਨੂੰ ਰਗੜਿਆ, ਹੱਥ ਰਗੜ ਕੇ ਭੋਗ ਕੀਤਾ ਅਤੇ ਦੱਤ ਕੁਮਾਰ ਪੈਦਾ ਹੋ ਗਏ। ਫਿਰ ਤਾਂ ਵਿਆਹ ਦੀ ਵੀ ਲੋੜ ਕੋਈ ਨਹੀਂ, ਫਿਰ ਤਾਂ ਸੌਖਾ ਜਿਹਾ ਕੰਮ ਹੈ, ਸੱਜੇ ਹੱਥ ਨੂੰ ਖੱਬੇ ਨਾਲ ਰਗੜਿਆ ਅਤੇ ਬੱਚਾ ਪੈਦਾ ਹੋ ਗਿਆ। ਮੇਰਾ ਇਹ ਵਿਸ਼ਾ ਨਹੀਂ, ਮੇਰਾ ਵਿਸ਼ਾ ਤਾਂ ਹੈ ਕਿ ਗੁਰਮਤ ਸਿਧਾਂਤ ਦੇ ਉਲਟ ਹੈ, ਗੁਰਬਾਣੀ ਕਹਿੰਦੀ ਕਿ ਮਾਤ ਪਿਤਾ ਬਿਨ ਬਾਲ ਨਾ ਹੋਈ। ਇੱਕ ਹੋਰ ਤਰੀਕਾ ਬੱਚਾ ਜੰਮਣ ਦਾ ਦੱਸਿਆ ਇੱਥੇ, ਬੱਚਾ ਕਹਿ ਲਓ ਵੱਡਾ ਕਹਿ ਲਓ, ਸਵਾਲ ਤਾਂ ਇੱਕ ਜੀਵ ਨੂੰ ਸੰਸਾਰ ਦੇ ਵਿੱਚ ਲਿਆਉਂਦਾ। ਬਹੁਰ ਕਾਲ ਕੀਨਾ ਘਮਸਾਨਾ, ਮਾਰਤ ਪਇਓ ਦੈਤ ਬਿਧ ਨਾਨਾ, ਅਧਿਕ ਪਰਸੇਤ ਧਰਨ ਪਰ ਪਰਿਓ, ਭੂਮ ਸੇਣਤਾ ਅਤੇ ਬਪ ਧਰਿਓ। ਮਾਂ ਕਾਲ ਨੇ ਬਹੁਤ ਜੰਗ ਕੀਤਾ, ਬਹੁਤ ਪਸੀਨਾ ਆ ਗਿਆ, ਪਸੀਨਾ ਪੂੰਜ ਕੇ ਧਰਤੀ ਦੇ ਉੱਤੇ ਸੁੱਟਿਆ, ਅਧਿਕ ਪਰਸੇਤ ਧਰਨ ਪਰ ਪਰਿਓ, ਅਤੇ ਕੀ ਹੋਇਆ, ਭੂਮ ਸੇਣਤਾ ਅਤੇ ਬਪ ਧਰਿਓ, ਭੂਮ ਸੇਣ ਪੈਦਾ ਹੋ ਗਿਆ ਉੱਥੋਂ। ਗੁਰਬਾਣੀ ਸਿਧਾਂਤਾਂ ਨਾਲ ਕੋਈ ਮੇਲ ਨਹੀਂ, ਕਿਸੇ ਹੋਰ ਵਿਚਾਰਧਾਰਾ ਦਾ ਹੋਵੇ, ਕਿਸੇ ਹੋਰ ਵਿਚਾਰਧਾਰਾ ਦੇ ਅਨੁਸਾਰ ਹੋਵੇ, ਮੈਨੂੰ ਉੱਥੋਂ ਕੋਈ ਇਤਰਾਜ਼ ਨਹੀਂ। ਮੇਰਾ ਵਿਸ਼ਾ ਤਾਂ ਹੈ ਕਿ ਕੀ ਗੁਰਬਾਣੀ ਗੁਰਮਤ ਦੇ ਅਨੁਸਾਰ ਹੈ, ਇਹਦੇ ਵਿੱਚ ਜੋ ਕੁਝ ਹੈ ਕੀ ਗੁਰਮਤ ਅਨੁਸਾਰ ਹੈ। ਹੁਣ ਸਿੱਖ ਕੌਮ ਦੇ ਵਿੱਚ ਜ਼ਾਤ ਪਾਤ ਨੂੰ ਬਰੇ ਕਰੜੇ ਲਫਜ਼ਾਂ ਦੇ ਵਿੱਚ ਰੱਦ ਕੀਤਾ ਗਿਆ। ਸਤਿਗੁਰੂ ਨੇ ਸਿੱਖ ਨੂੰ ਕਹਿਤਾ, ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ 'ਤੇ ਚਲੈ ਬਹੁਤ ਬੇਕਾਰਾ। ਸਤਿਗੁਰੂ ਕਹਿੰਦੇ ਨੇ ਸਾ ਜਾਤ ਸਾ ਪਤ ਹੈ, ਜੇ ਵੇ ਇਹ ਕਰਮ ਕਮਾਏ। ਆ ਮੇਰੇ ਗੁਰੂ ਨਾਨਕ ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ ਨਾ ਜੀ, ਤੁਹਾਡੇ ਹਿਸਾਬ ਨਾਲ ਕੋਈ ਛੋਟੀ ਜਾਤ ਦਾ ਨਹੀਂ? ਮੇਰੇ ਗੁਰੂ ਨਾਨਕ ਕਹਿੰਦੇ ਨੇ ਹੈ ਛੋਟੀ ਜਾਤ ਦਾ। ਕੌਣ? ਨਾਨਕ ਨਾਵੇਂ ਬਾਜ ਸਨਾਤ, ਜਿਹੜਾ ਪਰਮਾਤਮਾ ਦੇ ਨਾਂ ਨਹੀਂ ਲੈਂਦਾ ਉਹ ਛੋਟੀ ਜਾਤ ਦਾ। ਜ਼ਾਤ ਪਾਤ ਨੂੰ ਵਰਣ ਮੰਡਣ ਨੂੰ ਟੋਟਲ ਰੱਦ ਕੀਤਾ ਗਿਆ ਅਤੇ ਇੱਥੇ ਸਤਿਗੁਰੂ ਦੇ ਕੋਲੋਂ ਘੁਆ ਦਿੱਤਾ ਗਿਆ। ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿ ਰਹੇ ਨੇ, ਛਤਰੀ ਕੋ ਪੂਤ ਹੋ ਬਾਹਮਣ ਕੋ ਨਾਹੇ, ਕਹਿ ਤਪ ਆਵਤ ਹੈ ਜੋ ਕਰੋ, ਔਰ ਜੰਜਾਰ ਜਿਤੋ ਗ੍ਰਹਿ ਕੋ ਤੁਹ ਤਿਆਗ ਕਹਾ, ਚਿੱਤ ਤਾ ਮੈਂ ਧਰੋ। ਹੁਣ ਇੱਥੇ ਦੇ ਕਿਹਾ ਜਾ ਰਿਹਾ ਕਿ ਸਤਿਗੁਰੂ ਕਹਿੰਦੇ ਨੇ ਵੀ ਮੈਂ ਕੋਈ ਤਪ ਸਾਧਨ ਲੈ ਵਾਸਤੇ ਤਾਂ ਆਇਆ ਨਹੀਂ, ਮੈਂ ਕਿਉਂ ਤਪ ਕਰਾਂ। ਹੈਰਾਨਗੀ ਦੀ ਗੱਲ ਹੈ ਕਿ ਬਚਿੱਤਰ ਨਾਟਕ ਭਾਗ ਵਿੱਚ ਜਿੱਥੇ ਹੇਮਕੁੰਡ ਪਰਬਤ ਦੀ ਗੱਲ ਆਉਂਦੀ ਹੈ, ਕਿਹਾ ਗਿਆ ਕਿ ਮੈਂ ਉੱਥੇ ਬਹੁਤ ਤਪੱਸਿਆ ਕੀਤੀ, ਅਤੇ ਇੱਥੇ ਕਿਹਾ ਜਾ ਰਿਹਾ ਕਿ ਮੈਨੂੰ ਤਪ ਕਰਨਾ ਆਉਂਦਾ ਹੀ ਨਹੀਂ, ਅਤੇ ਨਾਲ ਕਹਿ ਦਿੱਤਾ ਛਤਰੀ ਦਾ ਪੁੱਤਰ ਆ, ਬਾਹਮਣ ਦਾ ਨਹੀਂ ਹੈ। ਜਾਤ ਪਾਤ ਦੇ ਵਿੱਚ ਉਹ ਵਰਣ ਵੰਡ ਦੇ ਵਿੱਚ, ਜਿਸ ਵਰਣ ਵੰਡ ਨੂੰ ਗੁਰਮਤ ਨੇ ਬਾਹਰ ਕੱਢਿਆ, ਸਾਰੀ ਮਨੁੱਖਤਾ ਨੂੰ ਇੱਕ ਕੀਤਾ,
ਇੱਥੇ ਗੁਰੂ ਪਾਤਸ਼ਾਹ ਨੂੰ ਉਸ ਵਰਣ ਵੰਡ ਦੇ ਵਿੱਚ ਪਾ ਦਿੱਤਾ ਗਿਆ। ਸਤਸੰਗ ਤੇ ਕੁਝ ਚੀਜ਼ਾਂ ਨੇ ਜਿਹੜੀਆਂ ਗੁਰਬਾਣੀ ਦੇ ਪੱਖ 'ਤੇ ਤੁਹਾਡੇ ਸਾਹਮਣੇ ਲਿਆ ਰਿਹਾ ਮੈਂ। ਨਿਰਣਾ ਆਪ ਜੀ ਨੇ ਕਰਨਾ ਹੈ, ਨਿਰਣਾ ਪੰਥ ਨੇ ਕਰਨਾ ਹੈ, ਨਿਰਣਾ ਕੌਮ ਨੇ ਕਰਨਾ ਹੈ। ਮੈਂ ਤਾਂ ਗੁਰਮਤ ਦੀ ਕਸਬਟੀ ਉਹਦੇ ਪੁਰਖ ਕੇ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਇੱਕ ਬਹੁਤ ਬੇਸਿਕ ਗੱਲ, ਜਿਹਨੇ ਸਿੱਖ ਕੌਮ ਦੇ ਵਿੱਚ ਇੱਕ ਬੜਾ ਵੱਡਾ ਇਨਕਲਾਬ ਲਿਆਂਦਾ, ਮੈਂ ਕਹਾਂਗਾ ਸਿੱਖ ਕੌਮ 'ਚ ਨਹੀਂ ਮਨੁੱਖਤਾ 'ਚ ਇੱਕ ਵੱਡਾ ਇਨਕਲਾਬ ਲਿਆਂਦਾ, ਜਿੱਥੇ ਔਰਤ ਜ਼ਾਤ ਨੂੰ ਬੜਾ ਨੀਵਾਂ ਸਮਝਿਆ ਜਾ ਰਿਹਾ ਸੀ, ਛੋਟਾ ਸਮਝਿਆ ਜਾ ਰਿਹਾ ਸੀ, ਉੱਥੇ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਆਵਾਜ਼ ਦਿੱਤੀ, ਭੰਡ ਜਮੀ ਹੈ ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਭਾਲੀਐ, ਭੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਜਿਨ੍ਹਾਂ ਨੇ ਔਰਤ ਨੂੰ ਛੋਟਾ ਆਖਿਆ, ਨੀਚ ਆਖਿਆ, ਮਾੜਾ ਆਖਿਆ, ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਲਾਹਨਤ ਪਾਈ ਹੈ। ਇੱਥੇ ਤਾਂ ਇਸ ਕਿਤਾਬ ਦਾ ਬਹੁਤਾ ਵੱਡਾ ਹਿੱਸਾ ਔਰਤ ਦੇ ਅਪਮਾਨ ਨਾਲ ਹੀ ਭਰਿਆ ਗਿਆ। ਕਈ ਗੱਲਾਂ ਤਾਂ ਇਤਨੀਆਂ ਸਪਸ਼ਟ ਕਹੀਆਂ ਗਈਆਂ ਨੇ, ਤਰਨਨ ਕਰ ਹੇਰ ਨਹਿ ਦੀਜੈ, ਤਿਨਕੋ ਚੋਰ ਸਦਾ ਚਿਤ ਲੀਜੈ, ਤ੍ਰੇ ਕੋ ਕੱਛ ਵਿਸ਼ਵਾਸ ਨਾ ਕਰਿਆ, ਤ੍ਰੇ ਚਿਤਰ ਤੇ ਜੇ ਅਤ ਡਰਿਆ। ਔਰਤ ਦਾ ਚਿੱਤ ਚੁਰਾ ਲਓ, ਆਪਣਾ ਚਿਤਨਾ ਉਹਨੂੰ ਦੇਣਾ, ਔਰ ਦੂਸਰਾ ਕਦੀ ਔਰਤ 'ਤੇ ਵਿਸ਼ਵਾਸ ਨਾ ਕਰਨਾ, ਤ੍ਰੇ ਕੋ ਕੱਛ ਵਿਸ਼ਵਾਸ ਨਾ ਕਰਿਆ, ਔਰ ਤ੍ਰੇ ਚਰਿੱਤਰ ਤੋਂ ਡਰ ਕੇ ਰਹਿਣਾ। ਔਰਤ ਨੂੰ ਅਪਮਾਨ ਕਰਨ ਦੀ ਗੱਲ ਕੀਤੀ ਕਿ ਗੁਰੂ ਨਾਨਕ ਜੋਤ ਗੁਰੂ ਨਾਨਕ ਪਾਤਸ਼ਾਹ ਦਸਵੇਂ ਨਾਨਕ, ਕੀ ਐਸਾ ਕਰ ਸਕਦੇ ਨੇ ਜੋ ਗੁਰਮਤ ਦਾ ਸਿਧਾਂਤ? ਇੱਥੇ ਤਾਂ ਗੱਲ ਹੀ ਉੱਥੋਂ ਸ਼ੁਰੂ ਹੋਈ ਸੀ, ਜੋਤ ਉਹਾ ਜੁਗਤ ਸਾਏ, ਉਹੀ ਜੁਗਤ ਚੱਲ ਰਿਹਾ, ਸਿਧਾਂਤ ਉਹੀ ਚੱਲ ਰਿਹਾ, ਸਿਧਾਂਤ ਬਦਲਿਆ ਹੀ ਨਹੀਂ, ਅਤੇ ਕਿਵੇਂ ਹੋ ਸਕਦਾ ਕਿ ਦਸਮ ਪਾਤਸ਼ਾਹ ਔਰਤ ਨੂੰ ਅਪਮਾਨਿਤ ਕਰਨਾ ਸ਼ੁਰੂ ਕਰ ਦੇਣ ਐਸੇ ਸ਼ਬਦ ਵਰਤ ਕੇ? ਇਨ ਇਸਤਰਨ ਕੇ ਚਰਿਤ ਅਪਾਰਾ, ਸੱਜ ਪਛਤਾਨੋ ਇਨ ਕਰਤਾਰਾ। ਗੁਰਬਾਣੀ ਕਹਿੰਦੀ ਹੈ ਅਕਾਲ ਪੁਰਖ ਕਦੇ ਭੁੱਲ ਨਹੀਂ ਕਰਦਾ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਇਹ ਗੁਰੂ ਅਤੇ ਕਰਤਾਰ ਅਭੁੱਲਣੇ। ਅਤੇ ਇੱਥੇ ਕਿਹਾ ਗਿਆ ਕਿ ਪਰਮਾਤਮਾ ਕੋਲੋਂ ਭੁੱਲ ਹੋ ਗਈ, ਬਾਅਦ 'ਚ ਪਛਤਾਇਆ ਵੀ ਮੈਂ ਕੀ ਔਰਤ ਬਣਾਤੀ ਹੈ। ਇਨ ਇਸਤਰਨ ਕੇ ਚਰਿਤ ਅਪਾਰਾ, ਸੱਜ ਪਛਤਾਨੋ ਇਨ ਕਰਤਾਰਾ, ਇਹਨਾਂ ਨੂੰ ਬਣਾ ਕੇ ਪਰਮਾਤਮਾ ਪਛਤਾਇਆ, ਐਸਾ ਅਪਮਾਨ ਔਰਤ ਜ਼ਾਤ ਦਾ ਕੀਤਾ ਗਿਆ। ਹੁਣ ਮੈਂ ਗੱਲ ਕਰ ਰਿਹਾ ਸਾਂ, ਸਤਿਗੁਰੂ ਨੇ ਬੜਾ ਸਪਸ਼ਟ ਕਰ ਦਿੱਤਾ ਕਿ ਗੁਰੂ ਕਦੀ ਨਹੀਂ ਭੁੱਲਦਾ, ਪਰਮਾਤਮਾ ਕਦੀ ਨਹੀਂ ਭੁੱਲਦਾ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਬਲਕਿ ਗੁਰੂ ਭੁੱਲੇ ਨੂੰ ਮਾਰਗ ਪਾਉਣ ਵਾਲਾ, ਭੁੱਲੇ ਕਹੋ ਗੁਰਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ। ਗੁਰੂ ਤਾਂ ਭੁੱਲਿਆਂ ਨੂੰ ਮਾਰਗ 'ਤੇ ਪਾਉਣ ਵਾਲਾ। ਹੁਣ ਦੂਸਰੇ ਪਾਸੇ ਜੇ ਗੁਰੂ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ, ਫਿਰ ਗੁਰੂ ਭੁੱਲ ਕਰ ਰਿਹਾ। ਉੱਥੇ ਲਿਖ ਦਿੱਤਾ, ਕ੍ਰਿਸ਼ਨ ਜਥਾ ਮਤ ਚਰਿੱਤਰ ਉਚਾਰੋ, ਚੂਕ ਹੋਏ ਕਬ ਲਿਹੋ ਸੁਧਾਰੋ। ਮੈਂ ਕ੍ਰਿਸ਼ਨ ਦੀ ਕਥਾ ਜਿਹੜੀ ਹੈ ਲਿਖੀ ਹੈ, ਜੇ ਕੋਈ ਭੁੱਲ ਗਏ ਹੋ ਗਈ ਹੋਵੇ ਤਾਂ ਕਵੀ ਜਣੋ ਇਹਨੂੰ ਸੁਧਾਰ ਕੇ ਪੜ੍ਹ ਲੈਣਾ। ਗੁਰੂ ਭੁੱਲ ਕਰ ਰਿਹਾ, ਗੁਰੂ ਭੁੱਲ ਕਰ ਸਕਦਾ, ਇਹੀ ਗੱਲ ਮੁੜ ਕੇ ਦੁਹਰਾ ਦਿੱਤੀ ਗਈ। ਖੜਗ ਪਾਨ ਕੀ ਕਿਰਪਾ 'ਤੇ ਪੋਥੀ ਰਚੀ ਵਿਚਾਰ, ਭੂਲ ਹੋਏ ਜਹ ਤੈ ਸੋ ਕਬ ਪੜਿਓ ਸਵੈ ਸੁਧਾਰ। ਉਹ ਜਿਹਦੇ ਹੱਥ ਵਿੱਚ ਕਿਰਪਾਨ ਹੈ, ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਆ ਪੋਥੀ ਤਿਆਰ ਕਰ ਦਿੱਤੀ ਹੈ, ਅਤੇ ਜਿੱਥੇ ਕਿਤੇ ਗਲਤੀ ਰਹਿ ਗਈ ਹੋਵੇ ਤੁਸੀਂ ਉਹਨੂੰ ਸੋਧ ਕੇ ਪੜ੍ਹ ਲੈਣਾ। ਭੂਲ ਹੋਏ ਜਹ ਤੈ ਸੋ ਕਬ ਪੜਿਓ ਸਭ ਸੁਧਾਰ, ਜਿੱਥੇ ਕਿਤੇ ਭੁੱਲ ਹੋ ਗਈ ਹੋਵੇ ਇਹ ਕਵੀ ਜਨਾਂ ਨੂੰ ਸੁਧਾਰ ਕੇ ਪੜ੍ਹ ਲੈਣਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸਵੇਂ ਨਾਨਕ ਨਾ ਭੁੱਲ ਕਰ ਸਕਦੇ ਨੇ, ਨਾ ਲਿਖ ਸਕਦੇ ਨੇ ਕਿ ਗੁਰੂ ਕੋਲੋਂ ਭੁੱਲ ਹੋ ਗਈ ਤਾਂ ਤੁਸੀਂ ਸੋਧ ਕਰ ਲੈਣਾ, ਗੁਰੂ ਭੁੱਲ ਕਰ ਦੇਵੇ ਅਤੇ ਦੂਸਰਾ ਆਮ ਸਿੱਖੋ ਦੀ ਸੋਧ ਕਰ ਲਵੇ, ਐਸਾ ਸੰਭਵ ਨਹੀਂ। ਹੁਣ ਇੱਕ ਸਭ ਤੋਂ ਪਹਿਲੀ ਗੱਲ, ਬੇਸਿਕ ਗੱਲ, ਸਿੱਖ ਕੌਣ ਹੈ? ਸਤਿਗੁਰੂ ਨੇ ਬਾਣੀ ਦੇ ਵਿੱਚ ਨਿਰਣਾ ਕਰ ਦਿੱਤਾ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਉਹ ਸਿੱਖ ਹੈ ਜਿਹੜੇ ਗੁਰੂ ਦੇ ਭਾਣੇ 'ਚ ਆਉਂਦਾ, ਗੁਰੂ ਦਾ ਪੂਰਨ ਹੁਕਮ ਮੰਨਦਾ। ਔਰ ਸਿੱਖੀ ਦੇ ਵਿੱਚ ਦਾਖਲੇ ਦਾ ਇੱਕ ਤਰੀਕਾ ਕਰਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਸਾਨੂੰ ਉਹ ਤਰੀਕਾ ਦਿੱਤਾ ਕਿ ਖੰਡੇ ਬਾਟੇ ਦੀ ਪਾਹੁਲ ਛਕਣੀ ਹੈ। ਹੁਣ ਦੂਸਰੇ ਪਾਸੇ ਮਹਾਂਕਾਲ ਦਾ ਸਿੱਖ ਬਣਨ ਦਾ ਇੱਕ ਤਰੀਕਾ, ਇਹ ਸਟੋਰੀ ਥੋੜ੍ਹੀ ਜਿਹੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਇੱਕ ਰਾਜੇ ਦੀ ਲੜਕੀ ਹੈ, ਉਹ ਪੱਥਰ ਦੇ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੀ, ਬੰਬ ਮਾਰ ਗਈ ਹੈ। ਉਹਨੂੰ ਪੜ੍ਹਨ ਦੇ ਵਾਸਤੇ ਇੱਕ ਬ੍ਰਾਹਮਣ ਕੋਲ ਰਾਜੇ ਨੇ ਭੇਜ ਦਿੱਤਾ, ਉਹ ਬ੍ਰਾਹਮਣ ਜਿਹੜਾ ਪੱਥਰਾਂ ਦੀ ਪੂਜਾ ਕਰਨ ਵਾਲਾ, ਉਹ ਉਸ ਬ੍ਰਾਹਮਣ ਨੂੰ ਕਹਿਣ ਦੀ ਕੋਸ਼ਿਸ਼ ਕਰਦੀ ਹੈ, ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਤੂੰ ਪੱਥਰਾਂ ਦੀ ਪੂਜਾ ਬੰਦ ਕਰ ਦੇ। ਹੁਣ ਇਸ ਕਹਾਣੀ ਦੇ ਵਿੱਚੋਂ ਕੁਝ ਪੰਕਤੀਆਂ ਲੈ ਲਈਆਂ ਜਾਂਦੀਆਂ ਨੇ, ਦੇਖੋ ਜੀ ਇੱਥੇ ਅਵਤਾਰਾਂ ਦੀ ਪੂਜਾ ਜਿਹੜੀ ਹੈ ਰੱਦ ਕੀਤੀ ਗਈ ਹੈ, ਪੱਥਰਾਂ ਦੀ ਪੂਜਾ ਰੱਦ ਕੀਤੀ ਗਈ ਹੈ, ਕਿਉਂ ਕੀਤੀ ਗਈ ਉਹ ਵੀ ਤਾਂ ਵੇਖ ਲਈਏ ਨਾ। ਉਹ ਬ੍ਰਾਹਮਣ ਪਹਿਲਾਂ ਮੰਨਦਾ ਨਹੀਂ, ਅਖੀਰ 'ਤੇ ਉਹ ਇੱਕ ਚਰਿੱਤਰ ਖੇਡਦੀ ਹੈ, ਹੁਣ ਕਹਿੰਦੀ ਹੈ ਵੀ ਦੇਖ ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਮੈਂ ਰਾਜੇ ਨੂੰ ਕਹਿ ਦੇਣਾ ਤੂੰ ਮੇਰੀ ਇੱਜ਼ਤ 'ਤੇ ਹੱਥ ਪਾਇਆ ਤਾਂ ਉਹ ਤੈਨੂੰ ਮਰਵਾ ਦੇਗਾ।
ਉਹ ਆਪਣੀ ਜਾਨ ਤੋਂ ਡਰਦਾ ਮਾਰਾ ਉਹਦੀ ਗੱਲ ਮੰਨ ਜਾਂਦਾ ਕਿ ਠੀਕ ਹੈ ਮੈਂ ਪੱਥਰ ਪੂਜਣੇ ਜਿਹੜੇ ਬੰਦ ਕਰ ਦਿੰਦਾ। ਅਤੇ ਉਹਦੇ ਬਾਰੇ ਲਿਖਿਆ ਇਹ ਛਲ ਸੋ ਮਿਸਰੈ ਛਲਾ ਪਾਹਣ ਦਏ ਬਹਾਏ। ਇਸ ਛਲ ਨਾਲ ਉਸ ਰਾਜਕੁਮਾਰੀ ਨੇ ਉਸ ਬ੍ਰਾਹਮਣ ਨੂੰ ਮਿਸਰ ਨੂੰ ਛਲ ਲਿਆ ਅਤੇ ਉਹ ਜਿਹੜੇ ਪੱਥਰ ਸਨ ਉਹ ਪਾਣੀ ਦੇ ਵਿੱਚ ਵਗਾ ਰੋੜ ਦਿੱਤੇ। ਇਹ ਛਲ ਸੋ ਮਿਸਰੈ ਛਲਾ ਪਾਹਣ ਦਏ ਬਹਾਏ, ਮਹਾਂਕਾਲ ਕੋ ਸਿੱਖ ਕਰ ਮਦਰਾ ਭਾਂਗ ਪਵਾਏ। ਉਹਨੂੰ ਮਹਾਂਕਾਲ ਦਾ ਸਿੱਖ ਬਣਾ ਦਿੱਤਾ ਅਤੇ ਮਹਾਂਕਾਲ ਦਾ ਸਿੱਖ ਕਿਵੇਂ ਬਣਾਇਆ ਜਾਂਦਾ? ਮਦਰਾ ਭਾਂਗ ਪਿਆਏ, ਉਹਨੂੰ ਸ਼ਰਾਬ ਔਰ ਭੰਗ ਪਿਆ ਕੇ ਮਹਾਂਕਾਲ ਦਾ ਸਿੱਖ ਬਣਾ ਦਿੱਤਾ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਦੀ ਬਖਸ਼ਿਸ਼ ਕੀਤੀ, ਉਹ ਮਹਾਂਕਾਲ ਜਿਹਨੂੰ ਅਸੀਂ ਕਹਿ ਰਹੇ ਹਾਂ ਕਿ ਪਰਮਾਤਮਾ ਹੀ ਹੈ, ਅਕਾਲ ਪੁਰਖ ਹੀ ਹੈ, ਉਹਦਾ ਸਿੱਖ ਬਣਾਉਣ ਦਾ ਇਹ ਤਰੀਕਾ ਦੱਸਣਗੇ? ਮਹਾਂਕਾਲ ਕੋ ਸਿੱਖ ਕਰ ਮਦਰਾ ਭੰਗ ਪਿਆ। ਹੁਣ ਜਿਸ ਵੇਲੇ ਸਤਿਗੁਰੂ ਨੇ ਸਾਨੂੰ ਖੰਡੇ ਬਾਟੇ ਦੀ ਪਾਹੁਲ ਦੀ ਬਖਸ਼ਿਸ਼ ਕੀਤੀ, ਸਾਨੂੰ ਕੁਝ ਬਜਰ ਕੁਰਹਿਤਾਂ ਦਿੱਤੀਆਂ ਨੇ। ਚਾਰ ਬਜਰ ਕੁਰਹਿਤਾਂ ਨੇ ਜਿਨ੍ਹਾਂ ਨੂੰ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਨੇ। ਸਭ ਤੋਂ ਪਹਿਲੀ ਇਹ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਔਰ ਸਾਡਾ ਕੋਈ ਐਸਾ ਸਿਧਾਂਤ ਨਹੀਂ ਜਿਹੜਾ ਗੁਰਬਾਣੀ ਤੋਂ ਸਾਨੂੰ ਨਹੀਂ ਮਿਲਦਾ, ਗੁਰਬਾਣੀ ਤੋਂ ਮਿਲ ਰਿਹਾ, ਇਸ ਕਰਕੇ ਸਾਡੀ ਰਹਿਤ ਦੇ ਵਿੱਚ ਆਇਆ। ਗੁਰਬਾਣੀ ਨੇ ਗੱਲ ਸਾਨੂੰ ਸਮਝਾ ਦਿੱਤੀ। ਪੰਚਮ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ, ਪੰਨਾ 1084 ਦੇ ਉੱਤੇ, ਨਾ ਪਾਕ ਪਾਕ ਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ। ਇੱਥੇ ਕਿਹਾ ਤੇ ਮੁਸਲਮਾਨ ਮੌਲਵੀ ਨੂੰ ਹੈ ਕਿ ਸ਼ਰ੍ਹਾਂ ਦੇ ਵਿੱਚ ਗੁਆਚੇ ਹੋਏ ਮੌਲਵੀ ਆ ਸੁੰਨਤ ਕਰਨੀ ਅਤੇ ਆ ਮੁੱਛਾਂ ਕੱਟਣੀ ਇਹਨਾਂ ਨੂੰ ਬੰਦ ਕਰ ਦੇ। ਲੇਕਿਨ ਗੱਲ ਸਾਰੀ ਮਨੁੱਖਤਾ ਨੂੰ ਸਮਝਾਈ ਹੈ, ਸਾਬਤ ਸੂਰਤ ਦਸਤਾਰ ਸਿਰਾ, ਆਪਣੀ ਸੂਰਤ ਸਾਬਤ ਰੱਖ, ਕੇਸ ਨਹੀਂ ਕੱਟਣੇ, ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਔਰ ਸਿਰ 'ਤੇ ਪੱਗ ਰੱਖਣ ਦੀ ਗੱਲ ਸਮਝਾਈ, ਸਾਬਤ ਸੂਰਤ ਦਸਤਾਰ ਸਿਰਾ। ਗੁਰਬਾਣੀ ਦੇ ਵਿੱਚ ਐਸੇ ਬਹੁਤ ਸਾਰੇ ਪ੍ਰਮਾਣ ਆਉਂਦੇ ਨੇ, ਜਿਸ ਤਰ੍ਹਾਂ ਕੇਸ ਸੰਗ ਦਾਸ ਪੱਗ ਝਾਰੋ ਇਹ ਮਨੋਰਥ ਮੋਰ। ਹੁਣ ਕੇਸਾਂ ਦੇ ਨਾਲ ਕੌਣ ਝਾੜੇਗਾ? ਜਿਹਦੇ ਕੇਸ ਹੋਣਗੇ, ਜੇ ਸਿਰ 'ਤੇ ਵਾਲ ਹੀ ਨਹੀਂ, ਉਹ ਕੇਸਾਂ ਨਾਲ ਕਿਸੇ ਦੇ ਪੱਗ ਕਿਵੇਂ ਝਾਰ ਲਏਗਾ, ਕਿਸੇ ਸੰਜਣਾ ਦੇ ਪੱਗ ਕਿਵੇਂ ਝਾਰ ਲਏਗਾ? ਇੱਥੇ ਇਸ ਗ੍ਰੰਥ ਦੇ ਵਿੱਚ ਕੇਸਾਂ ਦੀ ਬੇਅਦਬੀ ਕਰਨ ਦੀ ਜਾਂਚ ਦੱਸੀ ਗਈ। ਰੋਮਾਂਤਕ ਤੁਮ ਪ੍ਰਥਮ ਲਗਾਵੋ, ਸਕਲ ਤ੍ਰਿਆ ਕੋ ਭੇਸ ਛਕਾਵੋ, ਜਬ ਤੁਮਕੋ ਰਾਜਾ ਲਖ ਪਹਿ, ਤੁਰਤ ਮਦਨ ਕੇ ਬਸ ਹੋਵੈ ਜੈ ਹੈ, ਜਾਰ ਕੇਸ ਸਭ ਦੂਰ ਕਰਾਏ, ਭੂਖਣ ਅੰਗ ਅਨੂਪ ਸਹਾਏ, ਜਾਏ ਦਰਸ ਰਾਜਾ ਕੋ ਦਿਓ, ਨਿਪ ਕੋ ਮੋਹ ਆਤਮਾ ਲਿਓ। ਰਾਜੇ ਦੀ ਔਰਤ ਆਪਣੇ ਪਤੀ ਨਾਲ ਛਲ ਕਰਨ ਦੇ ਵਾਸਤੇ ਆਪਣੇ ਯਾਰ ਨੂੰ ਕਹਿ ਰਹੀ ਹੈ ਕਿ ਤੂੰ ਸਾਰੇ ਵਾਲ ਜਿਹੜੇ ਆ ਵਾਲ ਸਫਾ ਪਾਊਡਰ ਲਾ ਕੇ, ਵਾਲ ਝਾੜਨ ਵਾਲੀ ਦਵਾਈ ਲਾ ਕੇ ਉਹਦੇ ਨਾਲ ਸਾਰੇ ਵਾਲ ਆਪਣੇ ਖਤਮ ਕਰ ਦੇ, ਅਤੇ ਔਰਤ ਦਾ ਰੂਪ ਬਣਾ ਕੇ ਤੂੰ ਰਾਜੇ ਦੇ ਕੋਲ ਚਲਾ ਜਾ, ਤੇਰੇ 'ਤੇ ਮੋਹਤ ਹੋ ਜਾਏਗਾ। ਮੈਂ ਉਸ ਕਹਾਣੀ ਵੱਲ ਨਹੀਂ ਜਾਣਾ ਚਾਹੁੰਦਾ। ਜਾਂਚ ਦੱਸੀ ਗਈ, ਰੋਮਾਂਤਕ ਤੋਂ ਪ੍ਰਥਮ ਲਗਾਓ, ਸਭ ਤੋਂ ਪਹਿਲਾਂ ਤੂੰ ਵਾਲ ਸਵਾ ਲਾ, ਵਾਲ ਸਵਾ ਕਰਨ ਵਾਲਾ ਕੈਮੀਕਲ ਲਗਾ, ਉਹਦੇ ਨਾਲ ਵਾਲ ਸਾਡੇ ਸਾਫ਼ ਕਰ ਦੇ। ਕਿੱਥੇ ਸਾਨੂੰ ਉਸ ਅਕਾਲ ਪੁਰਖ ਦੇ ਪਾਣ 'ਚ ਰਹਿਣ ਦੀ ਬਖਸ਼ਿਸ਼ ਕੀਤੀ, ਕੇਸਾਂ ਦੀ ਸੰਭਾਲ ਕਰਨ ਦੀ ਗੱਲ ਸਤਿਗੁਰੂ ਨੇ ਜਾਂਚ ਦੱਸੀ, ਅਤੇ ਕਿੱਥੇ ਆਪ ਜਾਂਚ ਦੱਸ ਰਹੇ ਨੇ ਕਿ ਮੈਂ ਕਰਨਾ? ਇਹ ਹੋ ਸਕਦਾ ਕਿ ਸਤਿਗੁਰੂ ਐਸੀ ਜਾਂਚ ਦੱਸਣ? ਹਾਂ, ਇੱਕ ਪੰਕਤੀਆਂ ਹੋਰ ਆਪ ਜੀ ਥੱਲੇ ਦੇਖ ਰਹੇ ਹੋ, ਇਹ ਕੁਝ ਸ਼ਲੀਲ ਭਾਗ ਦੇ ਵਿੱਚੋਂ ਨੇ, ਮੈਂ ਆਪਣੀ ਜ਼ਬਾਨ ਤੋਂ ਨਹੀਂ ਕਹਿ ਸਕਾਂਗਾ। ਆਪ ਜੀ ਆਪ ਪੜ੍ਹ ਲਓ, ਤੁਹਾਡੀ ਸਕਰੀਨ 'ਤੇ ਆ ਰਹੀਆਂ ਨੇ, ਦੇਖ ਲਓ, ਸਮਝ ਲਓ ਕਿ ਐਸਾ ਸੰਭਵ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਈ ਗ੍ਰੰਥ ਲਿਖਣ ਅਤੇ ਉਹਦੇ ਵਿੱਚ ਐਸੀਆਂ ਚੀਜ਼ਾਂ ਲਿਖੀਆਂ ਜਾਣ ਜਿਹੜੀਆਂ ਕੇਸਾਂ ਦੀ ਬੇਅਦਬੀ ਕਰਨ ਵਾਲੀਆਂ ਨੇ। ਹੁਣ ਸਿੱਖ ਧਰਮ ਦੇ ਵਿੱਚ ਨਿਸ਼ਚਿਆਂ ਦੀ ਪੂਰਨ ਬਣਾਈ ਕੀਤੀ ਗਈ। ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਦਰਜ ਕਰ ਦਿੱਤਾ, ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ, ਜਿੱਤ ਪੀਤਾ ਖਸਮ ਵਿਸਰੈ, ਦਰਗਹਿ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਸਿੱਖਾਂ ਤੋਂ ਬਿਲਕੁਲ ਨਸ਼ਾ ਨਹੀਂ ਕਰਨਾ, ਬਿਲਕੁਲ ਸ਼ਰਾਬ ਨਹੀਂ ਪੀਣੀ, ਹਰ ਤਰ੍ਹਾਂ ਦੇ ਨਸ਼ੇ ਤੋਂ ਮਨਾਹੀ ਕਰ ਦਿੱਤੀ ਗਈ। ਔਰ ਸਤਿਗੁਰੂ ਕਹਿੰਦੇ ਨੇ ਇਤ ਮਦ ਪੀਤਾ ਨਾਨਕਾ ਬਹੁਤ ਹੈ ਖੱਟੀਐ ਬੇਕਾਰ। ਇਹ ਨਸ਼ੇ ਕਰਨ ਦੇ ਨਾਲ ਜੀਵਨ ਦੇ ਵਿੱਚ ਵਿਕਾਰ ਆਉਂਦੇ ਨੇ। ਸਿੱਖਾਂ ਤੈਨੂੰ ਮੈਂ ਨਿਰਬਲ ਜੀਵਨ ਦੇਣਾ ਚਾਹੁੰਦਾ, ਤੂੰ ਵਿਕਾਰਾਂ ਦੇ ਨਾਲ ਗੰਦਾ ਨਹੀਂ ਕਰਨਾ ਆਪਣੇ ਜੀਵਨ ਨੂੰ, ਤੂੰ ਨਸ਼ਾ ਨਹੀਂ ਕਰਨਾ, ਸ਼ਰਾਬ ਨਹੀਂ ਪੀਣੀ। ਔਰ ਸਤਿਗੁਰੂ ਜਿਹੜੇ ਸ਼ਰਾਬ ਪੀਣ ਵਾਲੇ ਨੇ ਉਹਨਾਂ ਕਹਿੰਦਾ ਦੁਰਮਤ ਮਤ ਜੋ ਪੀਵ ਤੇ ਬਿਖਲੀ ਪਤ ਕਮਲੀ। ਜਿਹੜੀ ਮਤ ਨੂੰ ਖਰਾਬ ਕਰਨ ਵਾਲੀ ਦੁਰਮਤ ਬਣਾਉਣ ਵਾਲੀ ਸ਼ਰਾਬ ਹੈ, ਜਿਹੜੇ ਉਹਨੂੰ ਪੀਂਦੇ ਨੇ ਬਿਖਲੀ ਪਤ ਕਮਲੀ, ਆਪਣੀ ਇੱਜ਼ਤ ਗਵਾ ਲੈਂਦੇ ਨੇ, ਬੇਇੱਜ਼ਤ ਹੁੰਦੇ ਨੇ। ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਰੀ। ਇੱਥੇ ਅਕਾਲ ਪੁਰਖ ਦੇ ਇਲਾਹੀ ਨਾਂ ਨਾਲ ਜੋੜਿਆ ਗਿਆ। ਹੁਣ ਦੂਸਰੇ ਪਾਸੇ ਕਿਤੇ ਝਾਤੀ ਮਾਰਨਾ, ਜੋ ਅਮਲਣ ਕੈ ਖਾਏ ਖਤਾ ਕਬਹੂ ਨੈ ਖਾਵੈ, ਮੂੰਡ ਅਵਰਣੈ ਜਾਹੇ ਆਪ ਕਬਹੂ ਨਾ ਮੁੰਡਾਵੈ, ਚੰਚਲਾਣ ਕੋ ਚਿੱਤ ਚੋਰ ਛਿਨ ਇੱਕ ਮੈਂ ਲੇਹੀ, ਭਾਂਤ ਭਾਂਤ ਭਾਵਨਨ ਭੋਗ ਭਾਵਤ ਮਨ ਦੇਹੀ। ਕੀ ਵਿਚਾਰ ਕਰਾਂ ਇਹਦੀ,
ਕਰਦਿਆਂ ਵੀ ਸ਼ਰਮ ਆਉਂਦੀ ਹੈ। ਲੇਕਿਨ ਇੱਕ ਗੱਲ ਤਾਂ ਬੜੀ ਸਪਸ਼ਟ ਹੈ, ਇਹ ਕਹਿ ਦਿੱਤਾ ਗਿਆ ਜਿਹੜਾ ਨਸ਼ਾ ਕਰਦਾ ਉਹ ਕਦੀ ਧੋਖਾ ਨਹੀਂ ਖਾਂਦਾ, ਉਹ ਦੂਜਿਆਂ ਨੂੰ ਠੱਗ ਲਿਆਉਂਦਾ, ਆਪ ਨਹੀਂ ਠੱਗਿਆ ਜਾਂਦਾ। ਨਸ਼ੇ ਕਰਨ ਦੀ ਵਕਾਲਤ ਕੀਤੀ ਗਈ, ਇੱਥੋਂ ਤੱਕ ਕਰ ਦਿੱਤਾ ਗਿਆ। ਪੋਸਤ ਭਾਂਗ ਅਫੀਮ ਬਹੁਤ, ਲੀਜੈ ਤੁਰਤ ਮੰਗਾਏ, ਨਿਜ ਕਰ ਮੋਹੇ ਪਵਾਈਐ, ਹਿਰਦੈ ਹਰਖ ਉਪਜਾਏ। ਤੂੰ ਮਦਰਾ ਪੀਵੋ ਘਣੋ, ਹਮੈਂ ਪਿਆਵੋ ਭੰਗ, ਚਾਰ ਪਹਿਰ ਕੋ ਮਾਣਿਓ, ਭੋਗ ਤਿਉਹਾਰੈ ਸੰਗ। ਕੀ ਆਖਾਂ ਉਹਨਾਂ ਨੂੰ ਜਿਹੜੇ ਇਸ ਨੂੰ ਸਤਿਗੁਰੂ ਦੇ ਬਚਨ ਕਹਿ ਦਾ ਅਪਮਾਨ ਕਰ ਰਹੇ ਨੇ। ਸਤਿਗੁਰੂ ਦਾ ਕਿਹਾ ਜਾ ਰਿਹਾ ਪੋਸਤ ਭੰਗ ਅਫੀਮ ਹੈ, ਸਾਰੇ ਨਸ਼ੇ ਮੰਗਾ ਲੈ, ਅਤੇ ਮੈਨੂੰ ਪਿਆ ਤੂੰ ਸ਼ਰਾਬ ਪੀ ਲੈ। ਔਰਤ ਨੂੰ ਕਿਹਾ ਜਾ ਰਿਹਾ ਤੂੰ ਸ਼ਰਾਬ ਪੀ ਲੈ, ਮੈਂ ਇਹ ਨਸ਼ੇ ਕਰ ਲਵਾਂ ਅਤੇ ਫਿਰ ਰੱਜ ਕੇ ਆਪਾਂ ਜਿਹੜਾ ਖੇ ਖਾਵਾਂਗੇ। ਐਸਾ ਸੋਚਣਾ ਵੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਐਸੇ ਵਿਚਾਰ ਦੇ ਸਕਦੇ ਨੇ, ਮੈਂ ਤਾਂ ਸਮਝਣਾ ਇਸ ਤੋਂ ਵੱਡਾ ਪਾਪ ਨਹੀਂ ਹੋ ਸਕਦਾ। ਸਤਿਗੁਰੂ ਨੇ ਸਾਨੂੰ ਨਿਰਮਲ ਜੀਵਨ ਦਿੱਤਾ, ਸਤਿਗੁਰੂ ਨੇ ਸਿੱਖ ਦਾ ਜੀਵਨ ਉੱਚਾ ਸੁੱਚਾ ਬਣਾਇਆ। ਇਸੇ ਕਰਕੇ ਸਾਡੀ ਰਿਆਤ ਮਰਿਆਦਾ ਦੇ ਵਿੱਚ, ਬਜਰ ਕੁਰਿਆਤਾਂ ਦੇ ਵਿੱਚ ਇਹ ਗੱਲ ਪਾ ਦਿੱਤੀ ਗਈ ਕਿ ਪਰ ਪੁਰਸ਼ ਪਰ ਇਸਤਰੀ ਦਾ ਸੰਗ ਨਹੀਂ ਕਰਨਾ। ਔਰ ਸਤਿਗੁਰੂ ਨੇ ਤਾਂ ਬਾਣੀ ਦੇ ਵਿੱਚ ਮਨਾ ਕਰ ਦਿੱਤਾ, ਪਰ ਤੇਰਾ ਰੂਪ ਨਾ ਪੇਖਾ ਨੇਤਰ, ਤੂੰ ਪਰਾਈ ਇਸਤਰੀ ਦੇ ਰੂਪ ਵੱਲ ਵੇਖਣਾ ਵੀ ਨਹੀਂ। ਕਿਉਂਕਿ ਸਾਰੇ ਵਿਕਾਰ ਸ਼ੁਰੂ ਕਿੱਥੋਂ ਹੁੰਦੇ ਨੇ? ਜਿਸ ਵੇਲੇ ਅੱਖਾਂ ਵੇਖਦੀਆਂ ਨੇ, ਮਨ ਦੇ ਵਿੱਚ ਕਾਮ ਭਾਵਨਾ ਪੈਦਾ ਹੁੰਦੀ ਹੈ, ਅੱਗੋਂ ਗੰਦਗੀ ਵੱਲ ਜਾਂਦੇ ਹਾਂ। ਸਤਿਗੁਰੂ ਨੇ ਤਾਂ ਸਾਨੂੰ ਪੱਕਾ ਕਰਾ ਦਿੱਤਾ, ਤੱਕੈ ਨਾਰ ਪਰਾਈਆਂ ਲੁੱਕ ਅੰਦਰ ਠਾਣੀ, ਸੰਨੀ ਦੇਖ ਬਿਖਮ ਥਾਏ ਮਿੱਠਾ ਮਦ ਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜਰਾਇਲ ਫਰੇਸਤਾ ਤਿਲ ਪੀੜੇ ਕਾਣੀ। ਸਿੱਖ ਧਰਮ ਦੇ ਵਿੱਚ ਜਿੱਥੇ ਆਦਮੀ ਨੂੰ ਮਨਾ ਕੀਤਾ ਕਿ ਤੂੰ ਪਰਾਈ ਔਰਤ ਨਾਲ ਸੰਬੰਧ ਨਹੀਂ ਬਣਾਉਣਾ, ਉੱਥੇ ਬੀਬੀਆਂ ਨੂੰ, ਮੇਰੀਆਂ ਬੱਚੀਆਂ ਭੈਣਾਂ ਨੂੰ ਵੀ ਸਮਝਾ ਦਿੱਤਾ, ਢੁੰਡੇਨ ਦੀ ਏ ਸੁਹਾਗ ਕੋ ਤਉ ਤਾਂ ਨਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਔਰ ਇਸ ਗ੍ਰੰਥ ਦੇ ਵਿੱਚ ਤਾਂ 650 ਦੇ ਕਰੀਬ ਪੰਨੇ ਐਸੇ ਨੇ ਜਿਹਦੇ ਵਿੱਚ ਸਿਰਫ ਕਰੈਕਟਰ ਗਿਰਾਉਣ ਵਾਲੀਆਂ ਗੱਲਾਂ ਨੇ। ਇੱਥੇ ਤਾਂ ਪਰਾਈ ਔਰਤ ਦੇ ਬਾਰੇ ਜਿਹੜੀ ਗੱਲ ਕਹੀ ਗਈ, ਕਹਿੰਦਿਆਂ ਸ਼ਰਮ ਆਉਂਦੀ ਹੈ। ਕਾਮਾ ਤੁਰ ਹੋਇਆ ਜੋ ਤਰੁਣ, ਆਵਤ ਪਿਆ ਕੇ ਪਾਸ, ਮਹਾਨਰਕ ਸੋ ਡਾਰੀਅਤ, ਦੈ ਜੋ ਜਾਣ ਨਿਰਾਸ, ਤਨ ਅਨੰਗ ਜਾ ਕੇ ਜਗੈ, ਤਾਹੇ ਨਾ ਦੈ ਰਤ ਦਾਨ, ਤਵਨ ਪੁਰਖ ਕੋ ਡਾਰੀਅਤ, ਜਹਾਂ ਨਰਕ ਕੀ ਖਾਨ। ਜੇ ਕੋਈ ਔਰਤ ਕਾਮਾਤੁਰ ਹੋ ਕੇ, ਕਾਮ ਵਸ ਹੋ ਕੇ ਤੁਹਾਡੇ ਕੋਲ ਆ ਜਾਏ ਤਾਂ ਬਿਲਕੁਲ ਜਾਣ ਨਾ ਦਿਓ, ਅਤੇ ਜਿਹੜਾ ਆਦਮੀ ਜਾਣ ਦੇਵੇਗਾ ਉਹ ਨਰਕਾਂ ਦੇ ਵਿੱਚ ਪਵੇਗਾ। ਇਹ ਇਸ ਕਿਤਾਬ ਦੇ ਵਿੱਚ ਲਿਖਿਆ। ਹੁਣ ਕਿੱਥੇ ਗੁਰਮਤਿ ਸਿਧਾਂਤ ਜਿਹੜੇ ਸਾਨੂੰ ਸਮਝਾ ਰਹੇ ਨੇ ਕਿ ਪਰਾਈ ਔਰਤ ਵੱਲ ਵੇਖਣਾ ਵੀ ਨਹੀਂ, ਅਤੇ ਕਿੱਥੇ ਇਹ ਸਿਧਾਂਤ ਜਿਹੜੇ ਸਮਝਾ ਰਹੇ ਨੇ ਕਿ ਆ ਜਾਵੇ ਤਾਂ ਛੱਡਣਾ ਨਹੀਂ। ਇਹ ਸਿੱਖ ਦਾ ਕਰੈਕਟਰ ਹੋ ਸਕਦਾ? ਸਿੱਖ ਦਾ ਗੁਰੂ ਐਸੀ ਗੱਲ ਨਹੀਂ ਲਿਖ ਸਕਦਾ। ਇੱਥੇ ਤਾਂ ਐਸਾ ਵਿੱਚ ਦ੍ਰਿਸ਼ਟਾਂਤ ਦੇ ਦਿੱਤੇ ਗਏ ਵੀ ਇੱਕ ਔਰਤ ਕਈ ਕਈ ਆਦਮੀਆਂ ਨਾਲ ਭੋਗ ਕਰ ਰਹੀ ਹੈ। ਬਹੁ ਪੁਰਖਾਣ ਸੋ ਬਾਲ, ਸਦਾ ਰਤ ਮਾਨਈ, ਕਾਹੂ ਕੀ ਨਹਿ ਲਾਜ, ਹਿਰਦੈ ਮੈਂ ਆਨਈ, ਸੈਯਦ ਸੈਖ ਪਠਾਨ, ਮੁਗਲ ਬਹੁ ਆਵਈ, ਹਾ ਤੋ ਸੋ ਭੋਗ ਕਮਾਏ, ਬਹੁਰ ਘਰ ਜਾਵਈ। ਭਾਂਤ ਭਾਂਤ ਦੇ ਬੰਦੇ ਆਉਂਦੇ ਨੇ, ਉਸ ਔਰਤ ਨਾਲ ਭੋਗ ਕਰਕੇ ਜਾਂਦੇ ਨੇ, ਔਰਤ ਜਿਹੜੀ ਸਾਰਿਆਂ ਨੂੰ ਖੁਸ਼ ਕਰ ਰਹੀ ਹੈ। ਇਹੋ ਜਿਹਾ ਚਰਿੱਤਰ ਦਿਖਾਇਆ ਗਿਆ, ਨਾ ਆਦਮੀ ਦਾ ਚਰਿੱਤਰ ਛੱਡਿਆ ਗਿਆ, ਨਾ ਔਰਤ ਦਾ ਚਰਿੱਤਰ ਛੱਡਿਆ ਗਿਆ। ਜਿੱਥੇ ਸਤਿਗੁਰੂ ਨੇ ਆਦਮੀ ਨੂੰ ਔਰਤ ਨੂੰ ਦੋਨਾਂ ਨੂੰ ਕਿਹਾ ਤੁਸੀਂ ਉੱਚਾ ਕਿਰਦਾਰ ਬਣਾਉਣਾ ਹੈ, ਉੱਚਾ ਕਰੈਕਟਰ ਬਣਾਉਣਾ ਹੈ, ਇੱਥੇ ਦੋਨਾਂ ਨੂੰ ਖੂਹ ਦੇ ਵਿੱਚ ਧਕੇਲ ਦਿੱਤਾ ਗਿਆ। ਹੁਣ ਕੁਝ ਇਹਦੇ ਵਿੱਚ ਸਟੋਰੀਆਂ ਇਹੋ ਜਿਹੀਆਂ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉੱਚੀ ਸੁੱਚੀ ਸ਼ਖਸੀਅਤ ਨੂੰ ਦਾਗਦਾਗ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਉਹਨਾਂ ਬਾਰੇ ਕਿਹਾ ਜਾਂਦਾ ਕਿ ਨਹੀਂ ਨਹੀਂ ਇਹ ਤਾਂ ਸਤਿਗੁਰੂ ਨੇ ਲਿਖੀਆਂ ਨੇ, ਆਪਣੇ ਬਾਰੇ ਨਹੀਂ ਹੈ, ਸਤਿਗੁਰੂ ਦੇ ਆਪਣੇ ਬਾਰੇ ਨਹੀਂ ਹੈ। ਜਿਵੇਂ ਪਿਛਲੇ ਦਿਨਾਂ 'ਚ ਇੱਕ ਵਿਵਾਦ ਬਣਿਆ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਬਾਰੇ, ਉਹਨਾਂ ਇਹੋ ਜਿਹੀ ਇੱਕ ਸਟੋਰੀ ਲੈ ਕੇ ਸੰਗਤ ਦੇ ਵਿੱਚ ਸਾਂਝੀ ਕੀਤੀ। ਉਹਨਾਂ ਨੇ ਇਹੀ ਗੱਲ ਕਹੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਹੀਂ ਇਹ ਲਿਖ ਸਕਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਹੀਂ ਹੋ ਸਕਦੇ ਇਸ ਕਹਾਣੀ ਦੇ ਨਾਇਕ। ਲੇਕਿਨ ਉਹਨੂੰ ਹੋਰ ਰੂਪ ਦੇ ਕੇ ਬੜਾ ਵੱਡਾ ਵਿਵਾਦ ਖੜਾ ਕੀਤਾ ਗਿਆ, ਇਸ ਪੰਥ ਦੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਹਨਾਂ ਵਿਵਾਦਾਂ ਰਾਹੀਂ ਸਿਰਫ ਮਕਸਦ ਇੱਕੋ ਹੈ ਕਿ ਜੋ ਸੱਚ ਬੋਲਣ ਦੀ ਕੋਸ਼ਿਸ਼ ਕਰੇ ਉਹਦੀ ਜ਼ਬਾਨ ਨੂੰ ਦਬਾ ਦਿਓ। ਇੱਕ ਹੋਰ ਸਟੋਰੀ ਜਿਹੜੀ ਇਹਦੇ ਨਾਲ ਸੰਬੰਧਿਤ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਖਸੀਅਤ ਨੂੰ ਕਲੰਕਿਤ ਕਰਨ ਵਾਲੀ, ਉਹ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ, ਪਰ ਉਸ ਤੋਂ ਪਹਿਲਾਂ ਇੱਕ ਗੁਰਮਤਿ ਸਿਧਾਂਤ ਸਮਝਣਾ ਪਵੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਸਾਨੂੰ ਸਮਝਾਉਂਦੀ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸਤਿਗੁਰੂ ਨੇ ਤਾਂ ਸਮਝਾਤਾ, ਵਸਤ ਪਰਾਈ ਆਪਣੀ ਕਰ ਜਾਣਾ ਹੋਮੈ ਵਿੱਚ ਦੁੱਖ ਘਾਲੇ, ਜਿਹੜਾ ਪਰਾਈ ਚੀਜ਼ ਨੂੰ ਆਪਣੀ ਕਰਕੇ ਸਮਝਦਾ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਹੋਮੈ ਵਿੱਚ ਦੁੱਖ ਪਾਏਗਾ, ਦੁੱਖ ਘਾਲੇ। ਹੁਣ ਇੱਥੇ ਇੱਕ ਸਟੋਰੀ ਬਣਾ ਦਿੱਤੀ ਗਈ, ਮੈਂ ਪਹਿਲਾਂ ਉਹਦੇ ਕੁਛ ਪੰਕਤੀਆਂ ਆਪ ਜੀ ਨਾਲ ਸਾਂਝੀਆਂ ਕਰ ਲਵਾਂ। ਦੋਹਰਾ, ਨਗਰ ਪਾਵਟਾ ਬਹੁ ਬਸੈ, ਸਾਰ ਮੋਰ ਕੇ ਦੇਸ, ਜਮਨਾ ਨਦੀ ਨਿਕਟ ਬਹਿ, ਜਨਕਪੁਰੀ ਅਕਲੇਸ਼।
नदी जमन के तीर में तीरथ मुचन कपाल नगर पावटा छोर हम आए तहां उताल। तहां हमारे सिख सब अमत पहुंचे आए तिने दैन को चाहे है जोर भलो सिर पाए नगर पावटे बूरे है पठाए लोक बुलाए एक पाग पाई नहीं निफल पहुंचे आए। अगों चौपाई दर्ज की गई मोले एक पाग नह पाई तब मसलत हम जय बनाई जाहे यहाँ मूतत लख पावो ताके डन पगरियां लियावो। जब प्यादन ऐसे सुन पायो तही पात मिल सबन कमायो जो मनमुख तीरथ तह आयो पाग बिना कर तहे पठायो। रात बीच कर आठ सै पगरी लई उतार आन तिने हम दी मैं धोवन दई सुधार। प्रात लेत सब तोये मंगाई सभी सिखन को बंधवाई बची सो बेच तुरत तह लई बाकी बची सिपाहन दई। बटके पगरी नगर को जात पाए सुख पाए भेद मूर्खन ना लहो कहाँ गयो कर राए। हुण क्या जा रहा जी कि मैं नगर पौंटा छड़ के जमुना नदी के किनारे दे उत्ते एक तीरथ है मुचन कपाल मैं उत्थे आ गया। उत्थे साडे कोई सिख आ गए उन्होंने सरोपे देने सन उन्होंने सरोपे देन दे वास्ते अपने बंदियां नूं भेजिया कुछ नूं पौंटे भेजिया कुछ नूं पौंटे भेजिया कुछ नूं बुरिया भेजिया लेकिन एक भी पग नहीं मिली मुल नाल कीमत नाल कोई पग नहीं मिली। हुण मैं सोचिया कि इन्हां नूं सरोपे तां जरूर देने ने मन दे विच विचार कीता कि ख्याल आया बड़ा वधिया। मैं अपने सिखां नूं कहा भी इत्थे भाई जिहड़ा भी कोई मूत दा नज़र आवे कोई जंगल पाणी लई आवे उह सब दीआं पग्गां ला लो ते पग्गां लै आओ। हुण जिहड़े मेरे सिपाही सन मेरे सेवादार सन उन्हां ने सारा हुक्म मन्निया उन्हां रात रात दे विच 800 पग इकट्ठी कर ली लिया के मैनू दित्ती मैं उह धोण वास्ते दे दित्ती धो के मंगाई सवेरे जिहड़े सिख आए सन मिलण वास्ते उन्हां नूं पग्गां दित्तियां सरोपे दित्ते जिहड़ियां बच गईयां उह अपने सिपाहियां नूं पवा दित्तियां जिहड़ियां होर बच गईयां उह वेच दित्तियां ते रातों रात आपां छड्ड के ते पौंटे वापस चले गए। हुण पौंटे दे विच कौण रहिंदा सी पौंटा साहिब किस करके मशहूर है किन्नू पौंटे दा राजा कहा जांदा सी सिख किस दे सन सरोपे देन दा रिवाज किस कौम दे विच है। मैं नहीं मनता बिल्कुल कि गुरु गोबिंद सिंह पातशाह की शख्सियत बारे हो सकता है लेकिन कोई भी अनजान आदमी पढ़ेगा उन्होंने यही भुलेखा पाएगा और उहदे नाल गुरु गोबिंद सिंह पातशाह की पावन शख्सियत दे उत्ते किंतु आवेगा। गुरु गोबिंद सिंह पातशाह की शख्सियत उत्ते एक गल आवेगी कि गरीब लोगों दीआं पग्गां लवा लईआं ना मेरे सतगुरु ऐसा कर सकते ने ना ऐसा हो सकता है ना इहदा कोई संबंध सिख कौम दे नाल है। हाँ ऐसियां कहानियां इस ग्रंथ दे विच पा के सतगुरु की शख्सियत नूं अपमानित करन दी कुछ ही कोशिश की गई है साजिश की गई है तो जे असीं इहनूं मानता दे दईए फैसला तुसीं करना है फैसला पंथ ने करना है। मैं तो जो सच्चाई आप जी दे सामने रख दित्ती है। हुण सतसंगत मैं एक बेनती करांगा आप जो सीडी देख रहे हो मेरिया कोई मातावां भैणा बच्चिया या कोई छोटे बच्चे देख रहे होन तो मैं दो हाथ जोड़ के बेनती करांगा ये भाग आप जी ना देखो। एक सवाल तो जरूर आएगा जे वेखण वाला नहीं तो इहनूं क्यों इस सीडी दे विच पाया गया ये पाना ही नहीं सी चाहिदा। मैं आप जी दे नाल बिल्कुल सहमत हाँ इस विचार नाल बिल्कुल सहमत हाँ पर जिस तरह अज भुलेखे पाए जा रहे ने इतों तक कहा जा रहा है कि गुरु ग्रंथ साहब विच भी विचित्र नाटक वांगू कुछ अश्लील पंक्तियां ने और ये सारा अपमान गुरु गोबिंद सिंह पातशाह का हो रहा कि गुरु गोबिंद सिंह पातशाह ऐसी रचनावां करते सन। इस मजबूरी दे करके संगत नूं जाणू कराउण दे वास्ते संगत नूं दसण दे वास्ते इहदे विच की है ये पंक्तियां सानू मजबूरी च पाणियां पईआं ने लेकिन मेरी जबान जल्दी है ऐसे शब्द बोलदे आ ना मेरा करैक्टर अलाउ करता ना मेरी सिक्खी अलाउ करती है ना ही शालीन समाज दे विच इहो जी गल करनी बनती है। पंक्तियां आप जी दे स्क्रीन ते आ गईयां ने आप जी आप पढ़ लो पढ़ के आप इस गल दा निर्णय कर लो कि गुरु गोबिंद सिंह पातशाह ऐसियां गल्लां लिख सकते ने। हुण आम तौर ते कहा जांदा है जी इह ते सिख नूं बचाउण वास्ते लिखियां गईयां ने बचाउण वास्ते कीता गया। गुरु प्यारिओ किसी गल नूं दसण दे दो तरीके हुंदे ने
एक जो शालीन व्यक्ति है वो सिर्फ इन्ना कह दे कि मैं एक आदमी औरत नूं एक लड़के लड़की नूं इतराज योग हालत विच वेख्या सारी गल समझ लग जाती है। तो जिहड़ा करैक्टरलैस आदमी है वह जिस वेले गल दसेगा तो वह उहदा एक एक सीन बयान करेगा उहदे विचों चस्के लवेगा। खिमा करना इहदे विच जो विधि अपनाई गई है आप जी स्क्रीन दे उत्ते देख ही रहे हो यह विधि दूसरी है जिहड़ी मेरे सतगुरु कदे नहीं अपना सकते। हुण एक गल होर कही जाती है कि जी ये तो सिख का करैक्टर उच्चा चुकन वास्ते ये कहानियां लिखिया गई ने कि इन्हों तो बचो, जबकि इन 405 कहानियां दे विच एक बारी भी ये गल नहीं आउंदी कि इन्हों तो बचो। नाले जे किसी पिता ने अपने पुत्र नू अजिहे गंदे कर्मां तो रोकना होवे तां कि जरूरी है कि वह पहला उस नू अश्लील फिल्म दिखावे तो फिर कहे बेटा ये काम नहीं करना। इत्थे ते कहानियां भी ऐसियां ने कि किसी धर्म के देवी देवते नहीं बख्शा गया। हिंदू धर्म के कृष्ण जी के बारे यहोजा लिख दिता गया क्योंकि उन्होंने साहित्य में कुछ ऐसा गल् आदियां ने, हो सकता वह प्रवान उन्होंने होन लेकिन नहीं सिख नहीं प्रवान करता इन्होंने गलों। आप जी आप पढ़ सकते हो तो सामने ने कि यह लिखता गुरु गोबिंद सिंह पातशाह जी दी हो सकदियां ने। इत्थे ते औरत नूं पति नाल बेवफाई करनी सिखाई गई है, पति तो लुका के पर आए औरत मर्द के नाल संबंध बनाउण दी जाच सिखाई गई है। ऐसियां अश्लील कहानियां कि सके भैण भरा दे संबंध नूं भी कलंकित कर दिता गया। अज जो आप जी दे सामने स्क्रीन ते इस वेले आ रही है इह सके भैण भरा दे संबंध दे बारे आ लिखिया गया। पता नहीं किवें सभ्य समाज इहनूं बर्दाश्त कर रहा, किवें अज तक मनुखता इहनूं बर्दाश्त कर रही है। फिर पिता नूं मूर्ख बना के धी मंदिर दे विच इक धर्म स्थान दे विच गंदगी फैला रही है। जिस भगवान दा मंदिर है, जिस देवते दा मंदिर है, कि उहनूं अपमानित नहीं किया जा रहा, उहदे मंदिर दे विच इक कुकर्म किया जा रहा। मैं नहीं बोल सकांगा ना, मैं नहीं पढ़ सकांगा, मैं तो सिर्फ तुहाडे दरबार दे विच सामने पंक्तियां रख दित्तियां ने, आप जी खुद पढ़ लो, पढ़ के निर्णय कर लो। इत्थे ते आदमी नूं आदमी नाल खे खाण दा जिहड़ा वो गल्लां दस दित्तियां गईआं। आदमी औरत दे संबंधां तों अगे जा के जिथे भैण भरा दे पवित्र रिश्ते नूं कलंकित किया गया, पिता धी दे रिश्ते नूं कलंकित किया गया, आदमी नाल आदमी दे खे खाण दीआं गल्लां जिहड़ीआं वो कर दित्तियां गईआं। गुरु प्यारियो, मेरी एक जोदड़ी है। गुरु गोबिंद सिंह पातशाह दी शख्सियत एक अगम्मी शख्सियत है जिसका मुकाबला दुनिया विच कोई दूसरा नहीं कर सकता। एक ऐसी बेदाग शख्सियत जो दुनिया के इतिहास में एक चानन मुनारे वांग चमक रही है। ऐसिया रचनावां नाल उन्हां दा नां जोड़ के सतगुरु की शख्सियत नूं नीवा करन दी साजिश हो रही है। कृपा करके इस साजिश नूं समझो, इस साजिश तो बचो। एक सवाल बड़ा वड्डा सामने आता है कि किहदा लिखा है विचित्र नाटक ग्रंथ। दास ने पिछे बेनती की सी कि कवि अपना संकेत छड़ दिंदा है। जो पंक्तियां आप जी दे स्क्रीन ते आईयां ने गुरबाणी दिया ने साहिब श्री गुरु ग्रंथ साहिब पातशाह जी दे विचों ने। हुण पहली पंक्ति दे विच पहला गल स्पष्ट हो गई, गौड़ी कबीर जी, गौड़ी राग दे विच कबीर जी दी बाणी है। लेकिन थल्ले भी कहत कबीर सुनो मन मेरे यही हवाल होए गए तेरे, भगत कबीर जी ने अपनी मोहर लगा दित्ती है। जिथे सारे गुरु साहिबान ने नानक पद की मोहर लगाई, इत्थे भगत कबीर जी ने अपने नाँ की मोहर लगा दित्ती है। इस तरह ही थले भगत नामदेव जी की बाणी है, उपर भी आ गया आसा बाणी श्री नामदेव जी की। लेकिन थले भी गल स्पष्ट हो गई, संतै कै प्रसाद नामा हर पेटला, नामा शब्द आ गया, गल स्पष्ट हो गई भगत नामदेव जी की बाणी है। कोई भी कवि अपनी रचना रचदा उत्थे अपनी मोहर लगा दिंदा। हुण इहदे विच भी बहुत सारे ऐसे प्रवान सानू स्पष्ट मिलते ने। तुहाडे सामने जो है, लागत सां कै प्राण तजे ते और हो तो तेह को असचार्यो, कोप अयोधन मैं खड़गेस कह कब राम, महाबल धार्यो कह कब राम। सांग दे लगदिया ही उसने प्राण छड़ दिते, अते उत्थे एक होर दैंत भी सी उसनू भी तलवार नाल झाड़ सुटिया। कवि राम कहिंदे हन, खड़ग सिंह ने क्रोध करके युद्ध भूमि विच अपने बल नू संभालिया है। इत्थे बड़ा स्पष्ट आ रहा है कह कब राम, उहदे बाद भी भुलेखा रवे ते बड़े अफसोस की गल है। हुण इस पंक्ति दे विच कथा सतरवी राम कब उचरी हित चित लाए
ਬਹੁਰ ਕਥਾ ਬੰਧਨ ਨਿਮਤ ਮਨ ਮੈਂ ਕਹਿਓ ਉਪਾਏ। ਰਾਮ ਕਬ, ਰਾਮ ਕਵੀ ਕਹਿ ਰਿਹਾ। ਕਵੀ ਰਾਮ ਨੇ 17ਵੀਂ ਕਥਾ ਬੜੀ ਰੁਚੀ ਨਾਲ ਉਚਾਰਨ ਕੀਤੀ ਅਤੇ ਫਿਰ ਕਥਾ ਕਰਨ ਲਈ ਮਨ ਵਿੱਚ ਉਪਾਅ ਕੀਤਾ ਰਾਮ ਕਵੀ ਨੇ। ਇਤਨਾ ਸਪਸ਼ਟ ਹੋਣ ਦੇ ਬਾਅਦ ਵੀ ਪਤਾ ਨਹੀਂ ਕਿਉਂ ਭੁਲੇਖੇ ਪਾਏ ਜਾ ਰਹੇ ਨੇ। ਹੁਣ ਇੱਥੇ ਸਿਆਮ ਕਵੀ ਦੀ ਗੱਲ ਆ ਗਈ। ਕ੍ਰਿਸ਼ਨ ਨਾਮ ਤਾਕੋ ਧਰਿਓ ਗਰਗੈ ਮਨੈ ਵਿਚਾਰ, ਸਿਆਮ ਪਲੋਟੈ ਪਾਹ ਜੇ ਇਹ ਸਮ ਮਨੋ ਮੁਰਾਰ। ਗਰਗ ਨੇ ਮਨ ਵਿੱਚ ਵਿਚਾਰ ਕਰਕੇ ਉਸਦਾ ਨਾਮ ਕ੍ਰਿਸ਼ਨ ਰੱਖ ਦਿੱਤਾ, ਸਿਆਮ ਕਵੀ ਕਹਿੰਦੇ ਹਨ। ਫਿਰ ਗਰਗ ਬਾਲਕ ਦੇ ਚਰਨ ਪਰਸਦਾ ਹੈ, ਪਲੋਟੇ ਦਾ ਮਤਲਬ ਪਰਸਦਾ ਹੈ, ਅਤੇ ਕਹਿੰਦਾ ਹੈ ਇਸ ਨੂੰ ਭਗਵਾਨ ਸਮਾਨ ਸਮਝੋ। ਕੌਣ ਕਹਿ ਰਿਹਾ? ਸਿਆਮ ਕਵੀ ਕਹਿ ਰਿਹਾ। ਇੱਕ ਨਹੀਂ ਬੇਅੰਤ ਪਰਮਾਨ ਨੇ ਇਸ ਗ੍ਰੰਥ ਦੇ ਅੰਦਰ ਹੀ ਬਾਰ ਬਾਰ ਇਹ ਨਾਂ ਤਿੰਨ ਜਿਹੜੇ ਨੇ ਆ ਰਹੇ ਨੇ। ਪ੍ਰਥਮੇ ਤਿੰਨ ਕੀ ਭੁਜ ਕਾਟ ਦਈ, ਫਿਰ ਕਹਿ ਤਿੰਨ ਕੇ ਸਿਰ ਕਾਟ ਦਏ, ਰਥ ਬਾਜਨ ਸੂਤ ਸਮੇਤ ਸਭੈ ਕਬ ਸਿਆਮ ਕਹੈ ਰਣ ਬੀਚ ਛਏ। ਪਹਿਲਾਂ ਉਹਨਾਂ ਦੀਆਂ ਭੁਜਾਵਾਂ ਕੱਟੀਆਂ ਹਨ ਅਤੇ ਫਿਰ ਉਹਨਾਂ ਦੇ ਸਿਰ ਕੱਟ ਦਿੱਤੇ। ਕਵੀ ਸਿਆਮ ਕਹਿੰਦੇ ਹਨ, ਘੋੜਿਆਂ ਸਮੇਤ ਰੱਥ ਅਤੇ ਰਥਵਾਨ ਸਾਰੇ ਯੁੱਧ ਵਿੱਚ ਨਸ਼ਟ ਹੋ ਗਏ ਹਨ। ਹੁਣ ਇੱਕ ਵਿਚਾਰ ਦਿੱਤਾ ਜਾ ਰਿਹਾ ਜੀ, ਇਹ ਸਾਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਤਖੱਲਸ ਨੇ। ਤਖੱਲਸ ਕਿਸੇ ਦਾ ਇੱਕ ਹੋਇਆ ਕਰਦਾ, ਉਹ ਬਾਰ ਬਾਰ ਤਖੱਲਸ ਬਦਲ ਨਹੀਂ ਜਾਂਦੇ। ਆਹ ਤਿੰਨ ਨਾਂ ਤਾਂ ਬੜੇ ਸਪਸ਼ਟ ਆ ਰਹੇ ਨੇ, ਕੁਝ ਵਿਦਵਾਨ ਹੋਰ ਵੀ ਨਾਵਾਂ ਦੀ ਗੱਲ ਕਰਦੇ ਨੇ, ਆਹ ਤਿੰਨ ਤਾਂ ਬਾਰ ਬਾਰ ਆ ਰਹੇ ਨੇ। ਉਹਦੇ ਬਾਅਦ ਅਸੀਂ ਪਤਾ ਨਹੀਂ ਕਿਉਂ ਜ਼ਬਰਦਸਤੀ ਇਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਂ 'ਤੇ ਲਾਉਣਾ ਚਾਹੁੰਦੇ ਹਾਂ। ਕੀ ਮਜਬੂਰੀ ਹੈ? ਅਸੀਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਰੀਕ ਪੈਦਾ ਕਰਨਾ ਚਾਹੁੰਦੇ ਹਾਂ। ਅਸਲ ਛੈਲ ਛੈਲੀ ਛਲਿਓ ਇਹ ਚਰਿੱਤਰ ਕੇ ਸੰਗ, ਸੋ ਕਬ ਕਾਲ ਤਬ ਹੀ ਭਇਓ ਪੂਰਨ ਕਥਾ ਪ੍ਰਸੰਗ। ਕਵੀ ਕਾਲ ਦੀ ਗੱਲ ਆ ਰਹੀ। ਨਾ ਛਲੇ ਜਾ ਸਕਣ ਵਾਲੇ ਛੈਲ ਭਾਵ ਸਿਕੰਦਰ ਨੂੰ ਇਸਤਰੀ ਨੇ ਚਰਿੱਤਰ ਕਰਕੇ ਛਲਿਆ, ਕਵੀ ਕਾਲ ਕਹਿੰਦਾ ਹੈ ਕਿ ਤਦ ਇਹ ਕਥਾ ਪ੍ਰਸੰਗ ਸਮਾਪਤ ਹੋਇਆ। ਆਹ ਹੁਣ ਪਿੱਛੇ ਜਿਹੜਾ ਅਸ਼ਲੀਲ ਭਾਗ ਸੀ, ਇਹਦੇ 650 ਦੇ ਕਰੀਬ ਪੰਨੇ ਨੇ ਜਿਹੜੇ ਇਹੀ ਕਹਾਣੀਆਂ ਨਾਲ ਭਰੇ ਹੋਏ ਨੇ। ਔਰ ਇੰਨਾ ਹੀ ਨਹੀਂ, ਵਿੱਚ ਹੁਣੇ ਆਇਆ ਸੀ ਵਿੱਚੋਂ ਕੁਝ ਪ੍ਰਮਾਣ ਜਿਹੜੇ ਉਸ ਭਾਗ 'ਚੋਂ ਨਹੀਂ, ਜਿਹੜੇ 24 ਅਵਤਾਰ ਦੇ ਵਿੱਚੋਂ ਨੇ, ਉੱਥੇ ਵੀ ਉਹੀ ਕੁਝ ਭਰਿਆ ਹੋਇਆ। ਆਪ ਸੰਗਤਾਂ ਨੇ ਨਿਰਣਾ ਕਰਨਾ ਕਿ ਇਹ ਸਾਡੇ ਸਤਿਗੁਰੂ ਦੀ ਬਾਣੀ ਹੋ ਸਕਦੀ ਹੈ। ਮੈਂ ਇੱਕ ਗੱਲ ਆਪ ਜੀ ਦੇ ਸਾਹਮਣੇ ਰੱਖਣਾ ਚਾਹਾਂਗਾ। ਪਹਿਲਾਂ ਇਸ ਗ੍ਰੰਥ ਦਾ ਕੋਈ ਨਾਂ ਨਹੀਂ ਸੀ, ਉਹਦੇ ਬਾਅਦ ਇਹਦਾ ਨਾਂ ਪਹਿਲਾਂ ਵਿਚਿੱਤਰ ਨਾਟਕ ਗ੍ਰੰਥ ਰੱਖਿਆ ਗਿਆ, ਫਿਰ ਦਸਮ ਗ੍ਰੰਥ ਰੱਖ ਦਿੱਤਾ ਗਿਆ, ਫਿਰ ਸ੍ਰੀ ਦਸਮ ਗ੍ਰੰਥ ਸਾਹਿਬ ਲਿਖਿਆ ਜਾਣ ਲੱਗ ਪਿਆ, ਫਿਰ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਲਿਖਿਆ ਗਿਆ, ਅੱਜ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ। ਕਿਉਂਕਿ ਗੁਰੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਦੇਸ਼ ਦਿੱਤਾ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹਨੂੰ ਵੀ ਗ੍ਰੰਥ ਬਣਾਇਆ ਜਾ ਰਿਹਾ। ਕਿਸਨੇ ਅਧਿਕਾਰ ਦਿੱਤਾ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਦਾ? ਕਿਸਨੇ ਅਧਿਕਾਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸਦਾ ਪ੍ਰਕਾਸ਼ ਕਰਨ ਦਾ? ਸਾਰੀਆਂ ਗੱਲਾਂ ਪਿੱਛੇ ਛੱਡ ਦਈਏ, ਇੱਕ ਗੱਲ ਦੇ ਵਿੱਚ ਤਾਂ ਕੋਈ ਸ਼ੰਕਾ ਨਹੀਂ, ਇਸ ਕਹਿਣ ਦੇ ਵਿੱਚ ਮੈਨੂੰ ਕੋਈ ਡਰ ਵੀ ਨਹੀਂ, ਕੋਈ ਖੌਫ ਨਹੀਂ। ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ ਕਿ ਇਸ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਨਹੀਂ ਕੀਤਾ ਜਾ ਸਕਦਾ, ਲੇਕਿਨ ਜਿਹੜੇ ਰੋਕ ਕਰ ਰਹੇ ਨੇ ਅੱਜ ਤੱਕ ਉਹਨਾਂ ਬੰਦ ਨਹੀਂ ਕੀਤਾ, ਔਰ ਆਪ ਉਹ ਫੈਸਲੇ ਕਰਨ ਵਾਲਿਆਂ ਦੇ ਵਿੱਚ ਨੇ। ਕਿਉਂ ਇਹਨੂੰ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਜਿੱਥੋਂ ਤੱਕ ਮੈਨੂੰ ਜਾਪਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਇੱਕ ਸ਼ਰੀਕ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਕਿਸੇ ਸ਼ਖਸੀਅਤ ਨੂੰ ਨੀਵਾਂ ਵਿਖਾਉਣਾ ਹੋਵੇ, ਉਹਦੇ ਬਰਾਬਰ ਇੱਕ ਸ਼ਖਸੀਅਤ ਪੈਦਾ ਕਰ ਦਿਓ, ਉਹਨੂੰ ਜ਼ਿਆਦਾ ਉਭਾਰੋ, ਦੂਸਰੀ ਦੇ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿਓ, ਹੌਲੀ ਹੌਲੀ ਉਹ ਸ਼ਖਸੀਅਤ ਜਿਹੜੀ ਹੈ ਜ਼ਿਆਦਾ ਪ੍ਰਵਾਨ ਹੋ ਜਾਏਗੀ। ਅਸੀਂ ਆਮ ਰੋਜ਼ ਦੁਨਿਆਵੀ ਦੁਨੀਆਂ ਦੇ ਵਿੱਚ ਦੇਖਦੇ ਹਾਂ, ਆ ਸਾਡੇ ਸਾਹਮਣੇ ਸਿੱਖ ਇਤਿਹਾਸ ਦੇ ਵਿੱਚੋਂ ਹੈ। ਕਦੇ ਮਾਸਟਰ ਤਾਰਾ ਸਿੰਘ ਜੀ ਦਾ ਨਾਂ ਜਿਹੜਾ ਉਹ ਕਿਹਾ ਜਾਂਦਾ ਸੀ ਸਿੱਖ ਦੇ ਬੇਤਾਜ ਬਾਦਸ਼ਾਹ ਨੇ, ਫਿਰ ਉਹਨਾਂ ਦੀ ਸ਼ਖਸੀਅਤ ਨੂੰ ਨੀਵਾਂ ਕਰਨ ਦੇ ਵਾਸਤੇ ਇੱਕ ਸਾਧ ਲਿਆਂਦਾ ਗਿਆ, ਉਹ ਸਾਧ ਨੂੰ ਉਭਾਰਿਆ ਗਿਆ, ਸਰਕਾਰ ਨੇ ਉਹਦੀ ਸਪੋਰਟ ਕੀਤੀ, ਮਾਸਟਰ ਤਾਰਾ ਸਿੰਘ ਵਿਚਾਰਾ ਮਾੜੀ ਹਾਲਤ ਵਿੱਚ ਪਹੁੰਚ ਗਿਆ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 'ਤੇ ਹਮਲਾ ਹੈ, ਅੱਜ ਹਮਲਾ ਸਤਿਗੁਰੂ 'ਤੇ ਹੈ। ਕਿਹਦਾ ਲਿਖਿਆ ਕੀ ਹੈ? ਆਪਨੇ ਨਿਰਣਾ ਕਰਨਾ, ਲੇਕਿਨ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ, ਇਹ ਕਿਸੇ ਨੂੰ ਹੱਕ ਨਹੀਂ ਜੋ ਕਰ ਰਹੇ ਨੇ। ਇਸ ਤੋਂ ਵੱਡਾ ਪਾਪ ਨਹੀਂ ਹੋ ਸਕਦਾ, ਸਿੱਖ ਕੌਮ ਨਾਲ ਇਸ ਤੋਂ ਵੱਡੀ ਬੇਵਫਾਈ ਨਹੀਂ ਹੋ ਸਕਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਇਸ ਤੋਂ ਵੱਡੀ ਗਦਾਰੀ ਨਹੀਂ ਹੋ ਸਕਦੀ। ਔਰ ਹਰ ਸਿੱਖ ਦਾ ਫਰਜ਼ ਬਣਦਾ ਹੈ ਇਸ ਪਾਪ ਨੂੰ ਫੌਰੀ ਬੰਦ ਕਰਾਇਆ ਜਾਵੇ, ਇਹਦੇ ਵਾਸਤੇ ਆਵਾਜ਼ ਉਠਾਵੇ। ਜੇ ਆਪ ਜੀ ਆਤਮਾ ਆਵਾਜ਼ ਦੇ ਰਹੀ ਹੋਵੇ,
कि मेरे गुरु ते हमला होया, चार लाइना लिख के जरूर भेजना उन्होंने जेडे अज निर्णय कर रहे ने। बाकी मैं केस पंथ की अदालत दे विच रख दिता है। गुरबाणी दे उत्ते, गुरबाणी की कसवटी दे उत्ते परख के पंक्तियां आपके सामने लियांदियां ने। बहुत लंबा विशा है, इनू एक कैसेट दे विच नहीं पूरा किया जा सकता, लेकिन जेडे बहुत ही बेसिक सिद्धांत ने वो आप जी के सामने मैं रखे ने। निर्णय आप जी ने करना है, निर्णय पंथ ने करना है, और मैं समझदा पंथ बड़ा सोच विचार के निर्णय करेगा। लेकिन एक निर्णय स्पष्ट है, वो निर्णय करन दा हक किसी नूं नहीं। वो निर्णय गुरु गोबिंद सिंह पातशाह कर गए ने, आग्या पई अकाल की तबै चलायो पंथ, सब सिखण को हुक्म है, गुरु मान्यो ग्रंथ। गुरु ग्रंथ साहिब पातशाह दे बराबर इस किताब दा प्रकाश करन दा, इहदे उपर दसम श्री गुरु ग्रंथ साहिब लिखण दा अधिकार किसी नूं नहीं। ये पाप कर्म फौरन बंद होना चाहिए। इतने के बचन प्रवान करना, होइया भुलां दे वास्ते खिमा दा जाचखां। गज वज के फतेह बुलाओ जी। वाहिगुरु जी का खालसा, वाहिगुरु जी की फतेह।